ਸਤਿ ਸ੍ਰੀ ਅਕਾਲ ਬੱਚੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਠੀਕ ਹੋ ਸਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬੱਚੋ ਸਤਿ ਸ੍ਰੀ ਅਕਾਲ ਠੀਕ ਹੋ ਬੱਚੋ ਠੀਕ ਹੋ ਕੀ ਹਾਲ ਚਾਲ ਨੇ ਤੁਹਾਡੇ ਕਿਵੇਂ ਚੱਲਦੀ ਹੈ ਤਿਆਰੀ ਤੁਹਾਡੀ ਕਿਵੇਂ ਚੱਲਦੀ ਹੈ ਬੱਚੋ ਤਿਆਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿੱਚ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚਲੋ ਹਾਂਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਦੁਬਾਰਾ ਪੰਜਾਬ ਦੇ 24/7 YouTube ਚੈਨਲ ਤੇ ਜਿਹੜਾ ਨੇ ਐਪ ਨਹੀਂ ਡਾਊਨਲੋਡ ਕੀਤੀ ਐਪ ਜਰੂਰ ਡਾਊਨਲੋਡ ਕਰ ਲੈਣਾ ਬੱਚੇ ਜਿਸ ਵਿੱਚ ਆਪਾਂ ਨੂੰ ਕੀ ਮਿਲਦਾ ਹੈ प्रीमियम स्टडी मटेरियल करंट अफेयर जॉबलर डेली कुछ सबजैक्ट वाइज कुछ सब कुछ अवेलेबल है डिस्क्रिप्शन में भी थोड़े तो लिंक गिवन है तो ऐप जरूर डाउनलोड करनी है सब ने तो जिन्होंने चैनल सबसक्राइब नहीं किया चैनल जरूर सबसक्राइब कर लो तो आ आ गया बच्चों पहला क्वेश्चन हाँ जी बिल्कुल जी बिल्कुल ਹਾਂਜੀ ਸੱਚੀ ਕਾਲ ਜੀ ਸੱਚੀ ਕਾਲ ਬੱਚੋ ਤਾਂ ਬੱਚੋ ਕੀ ਆ ਗਿਆ ਬਿਲਕੁਲੀ ਵਿਚ ਆਫ ਦਾ ਫੋਲੋਇੰਗ ਇਜ਼ ਅ ਸੈਟ ਆਫ ਰੂਲਸ ਆਫ ਕੰਪਿਊਟਰ ਯੂਜ਼ ਟੂ ਟਾਕ ਟੂ ਈਚ ਅਦਰ ਹਾਂਜੀ ਸੈਟ ਆਫ ਰੂਲਸ ਆ ਜਿਹੜੇ ਇੱਕ ਦੂਜੇ ਨਾਲ ਗੱਲ ਕਰਨ ਲਈ ਯੂਜ਼ ਕਰਦੇ ਆ ਕੰਪਿਊਟਰ ਤਾਂ ਉਹਨੂੰ ਕੀ ਕਹਿੰਦੇ ਆ ਹਾਂਜੀ ਜੈਸ਼ਮਨ ਕੋਰ ਜੀ ਬਿਲਕੁਲ ਜਦੋਂ ਵੀ ਆਉਂਦੇ ਆ ਇਹ ਇੱਕ ਵਾਰੀ ਥੰਬਸ ਅਪ ਜੈਂਸਰ ਜ਼ਰੂਰ ਕਰਦੇ ਨੇ ਜੈਸ਼ਮਨ ਕੋਰ ਜੀ ਦਿਗਿਆ ਜੀ ਬੱਚੇ ਦਿਗਿਆ ਤੁਹਾਡਾ ਦਿਗਿਆ ਥੰਬਸ ਅਪ ਜੈਂਸਰ ਹਾਂਜੀ ਤਾਂ ਬੱਚਿਓ ਕੀ ਆਪਨੇ ਕੋਲ ਇਹਨਾਂ ਵਿੱਚੋਂ ਕਿਹੜਾ ਇੱਕ ਨਿਯਮਾਂ ਦਾ ਸਮੂਹ ਹੈ ਜੋ ਕੰਪਿਊਟਰ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਵਰਤਦੇ ਹਨ ਟੈਕਸ ਐਚਟੀਐਮਐਲ ਡੋਸ ਕਮਾਂਡ ਜਾਂ ਪ੍ਰੋਟੋਕੋਲ ਖਾਓ ਜੀ ਖਾਓ ਬੱਚਿਓ ਖਾਓ ਹਾਂਜੀ ਕਿਹੜੇ ਰੂਲ ਹਨ ਬੱਚੇ ਸੈਟ ਆਫ ਰੂਲਸ ਉਹਨਾਂ ਨੂੰ ਕੀ ਕਹਿੰਦੇ ਜਿਹੜੇ ਕੰਪਿਊਟਰ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਵਰਤਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਬੱਚੋ ਆਪਾਂ ਪ੍ਰੋਟੋਕੋਲ ਕਹਿੰਨੇ ਆ ਪ੍ਰੋਟੋਕੋਲ ਕਿਉਂ ਨੇ ਬੱਚੋ ਸੈਟ ਆਫ ਰੂਲਜ਼ ਹੁੰਦੇ ਨੇ ਜਿਹੜੇ ਕੰਪਿਊਟਰ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਵਰਤਦੇ ਹਨ ਤਾਂ ਇਨ ਨੈਟਵਰਕਿੰਗ ਹੈ ਪ੍ਰੋਟੋਕੋਲ ਇਜ਼ ਅ ਸੈਟ ਆਫ ਰੂਲਜ਼ ਐਂਡ ਫਾਰਮੈਟਿੰਗ ਐਂਡ ਪ੍ਰੋਸੈਸਿੰਗ ਨੈਟਵਰਕ ਪ੍ਰੋਟੋਕੋਲਸ ਲਾਈਕ ਐ ਕਾਮਨ ਲੈਂਗੁਏਜ ਫਾਰ ਕੰਪਿਊਟਰ ਬਿਲਕੁਲ ਜਿਵੇਂ ਆਪਾਂ ਨੇ ਬੱਚੋ ਜਿਵੇਂ ਆਪਾਂ ਨੂੰ ਰੂਲਜ਼ ਲੱਗੇ ਹੁੰਦੇ ਨਾ ਐਵੇਂ ਡਾਟਾ ਜੋ ਆਪਾਂ ਸੈਂਡ ਕਰਦੇ ਕੁਛ ਨਾ ਕੁਛ ਰੂਲਜ਼ ਲੱਗੇ ਹੁੰਦੇ ਆ ਤਾਂ ਉਹਨਾਂ ਨੂੰ ਕੀ ਕਹਿੰਦੇ ਬੱਚੋ ਆਪਾਂ ਪ੍ਰੋਟੋਕ प्रोटोकॉल कहें ठीक है जी नैक्सट है बच्चे अपने को नैक्सट है डैश इज यूज टू कनेक्टेड ऑडियो वीडियो मल्टीमीडिया डिवाइस लाइक वीडियो कैमरा बिल्कुल जी उसी की कनैक्ट करना वीडियो कैमरा कनैक्ट करना किप्यूटर ना ले। की यूज करा बच्चों सा अटेंडेंस भी ला लो जी संधु क्वीन जी बिल्कुल बच्चे बिल्कुल अटेंडेंस तो अलग सी ਸਰ ਜੀ ਪਲੀਜ਼ ਸਲੋ ਕਰਵਾਇਆ ਕਰੋ ਠੀਕ ਹੈ ਜੀ ਸਰ ਜੀ ਕਲਾਸ ਲਿੰਕ ਭੇਜਿਆ ਕਰੋ ਟੈਲੀ ਤੇ ਬੱਚੋ ਐਕਚੁਅਲੀ ਇੰਨਾ ਬੀਜ਼ੀ ਹੁੰਦਾ ਨਾ ਸ਼ਡਿਊਲ ਕੀ ਦੱਸਾਂ ਬਸ ਆਪਣੇ ਟੈਲੀਗ੍ਰਾਮ ਤੇ ਵੀ ਕਲਾਸ ਲਿੰਕ ਨਹੀਂ ਭੇਜ ਪਾਂਦਾ ਹਾਂਜੀ ਤਾਂ ਬੱਚੇ ਕਿਹੜੇ ਡੈਸ਼ ਇਸ ਯੂਜ਼ ਟੂ ਕਨੈਕਟ ਆਡੀਓ ਵੀਡੀਓ ਮਲਟੀਮੀਡੀਆ ਡਿਵਾਈਸ ਲਾਈਕ ਵੀਡੀਓ ਕੈਮਰਾ ਤਾਂ ਕਿਹੜੇ ਬੱਚੇ ਐਚ ਡੀ ਐਫ ਆਈ ਪੋਰਟਸ ਯੂਜ਼ ਕਰਦੇ ਆ ਕਿ ਯੂਜ਼ ਕਰਦੇ ਆ ਬੱਚੋ ਹਾਂਜੀ ਆ ਜਾਓ ਜੀ ਆ ਜਾਓ ਹਰਪ੍ਰੀਤ ਜੀ ਆ ਜਾਓ ਕਲਾਸ ਚ ਲੇਟ ਹੋ ਗਏ ਹਾਂਜੀ ਐਚ ਡੀ ਐਮ ਆਈ ਪੋਰਟਸ ਐਚ ਡੀ ਐਮ ਆਈ ਪੋਰਟਸ ਕੀ ਪ੍ਰੋਵਾਈਡ ਕਰਦੇ ਹੋ ਦੋ ਆਡੀਓ ਵੀਡੀਓ ਆਪਣੀ ਕੈਮਰੇ ਵਗੈਰਾ ਅਟੈਚ ਕਰਨੇ ਆ ਡੀਵੀਡੀ ਪਲੇਅਰ ਵਗੈਰਾ ਜਾਂ ਰਿਸੀਵਰ ਵਗੈਰਾ ਐਡ ਕਰਨੇ ਆ ਕਨੈਕਟ ਕਰਨੇ ਆ ਕੰਪਿਊਟਰ ਨਾਲ ਦੇਣ ਆਪਾਂ ਐਚ ਡੀ ਐਮ ਆਈ ਪੋਰਟ ਯੂਜ਼ ਕਰਦੇ ਆ ਐਚ ਡੀ ਐਮ ਆਈ ਪੋਰਟ ਹਾਂਜੀ ਨੈਕਸਟ ਆ ਗਿਆ ਬੱਚੇ ਸਿਰਫ ਫਾਸਟ ਕਰਾਇਆ ਕਰੋ ਜਲਦੀ ਹੈ ਜੀ ਅੱਛਾ ਜੀ ਕਿਸੇ ਨੂੰ ਜਲਦੀ ਹੈ ਯਾਰ ਕਿਸੇ ਨੂੰ ਲੇਟ ਹੈ ਮੈਂ ਤਾਂ ਵਿਚਾਲੇ ਫਸ ਗਿਆ ਨਾ ਫਾਸਟ ਕਲਾਸਦਰ ਨਾ ਚਲੋ ਚਲੋ ਮੀਡੀਅਮ ਚੱਲੂਗਾ ਨੈਕਸਟ ਡੈਸ਼ ਇੰਡੀਕੇਟਸ ਹਾਊ ਮਚ ਡਾਟਾ ਪਰਟੀਕুলਰ ਮੀਡੀਅਮ ਕੈਨ ਬੀ ਹੋਲਡ ਹਾਂਜੀ ਡੈਸ਼ ਦਰਸਾਉਂਦਾ ਹੈ ਕਿ ਇੱਕ ਖਾਸ ਸਟੋਰੇਜ ਮਾਧਿਅਮ ਵਿੱਚ ਕਿੰਨਾ ਡਾਟਾ ਰੱਖ ਸਕਦੇ ਹਾਂ ਸਟੋਰੇਜ ਅਸੈਸ ਕੈਪੈਸਿਟੀ ਜਾਂ ਮੈਮਰੀ ਬਿਲਕੁਲ ਜੀ ਕਦੋਂ ਲੱਗਦੀ ਹੈ ਕਲਾਸ ਕਦੋਂ ਦੀ ਲੱਗਦੀ ਹੈ ਜੀ ਕਲਾਸ ਨੂੰ ਹੋ ਗਏ ਬੱਚੋ ਆਪਣੇ ਕੀ ਹੈ 3-4 ਦਿਨ ਹੋ ਗਏ ਕਲਾਸ ਲੱਗਦੇ ਨੂੰ 3-4 ਦਿਨ ਹੋ ਗਏ ਬੱਚੇ ਕਲਾਸ ਲੱਗਦੇ ਨੂੰ ਹਾਂਜੀ ਡੈਸ਼ ਦਰਸਾਉਂਦਾ ਹੈ ਕਿ ਖਾਸ ਸਟੋਰ ਦੇ ਮਾਧਿਅਮ ਵਿੱਚ ਕਿੰਨਾ ਡਾਟਾ ਰੱਖ ਸਕਦੇ ਆ ਕੋ ਉਹ ਦਰਸਾਉਂਦਾ ਹੈ ਬੱਚੇ ਕਪੈਸਿਟੀ ਜਿੰਨੀ ਕਪੈਸਿਟੀ ਹੋਊਗੀ ਲਾਈਕ ਜੇ ਕੋਈ 2GB ਸਟੋਰ ਕਰਦੀ ਹੈ ਤਾਂ ਉਹ 2GB ਹੋਊਗਾ ਉਹਦੀ 2GB ਕਪੈਸਿਟੀ ਹੈ ਜੇ 8GB ਹੈ ਕਪੈਸਿਟੀ ਕਿਸੇ ਦੀ ਤਾਂ 8GB ਡਾਟਾ ਹੀ ਆਊਗਾ ਤਾਂ ਕਪੈਸਿਟੀ ਦਰਸਾਉਂਦੀ ਹੈ ਕਿ ਆਪਾਂ ਕਿੰਨਾ ਡਾਟਾ ਰੱਖ ਸਕਦੇ ਹਾਂ द कैपेसिटी इंडिकेट्स हाउ मच ए पार्टिकुलर स्टोरेज मीडियम कैन होल्ड द डाटा नेक्स्ट ऑन द इट ट्रैक लोकेशन दैट अक्रॉस ऑल द प्लैटर इज कॉल्ड हां जी एक ट्रैक ठिकाना जो सारीया प्लेटर्स ਵਿੱਚੋਂ ਕੱਟਦਾ ਹੈ ਨੂੰ ਕਿਹਾ ਜਾਂਦਾ ਕੀ ਕਹਿੰਦਾ ਸਿਲੰਡਰ स्पिंडल डिस्किट ਜਾਂ ਪਲੇਟਰ अच्छा जी नयनतारा जी ठीक है बच्चे ਹਾਂਜੀ ਤਾਂ ਬੱਚੋ ਕੀ ਆਪਣੇ ਕੋਲੇ ਇੱਕ ਟਰੈਕ ਟਿਕਾਣਾ ਜੋ ਸਾਰੀਆਂ ਪਲੇਟਰਾਂ ਵਿੱਚੋਂ ਕੱਟਦਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਬੱਚੋ ਉਹਨੂੰ ਕਹਿੰਦੇ ਨੇ ਆਪਾਂ ਸਿਲੰਡਰ ਕਹਿੰਦੇ ਆ ਕੀ ਕਹਿੰਦੇ ਆ ਪਹਿਰੇ ਬੱਚੋ ਸਿਲੰਡਰ ਕਹਿੰਦੇ ਆ ਈਚ ਪਲੇਟਰ ਹੈਜ਼ ਅ ਸੇਮ ਨੰਬਰ ਆਫ ਟਰੈਕਸ ਐਂਡ ਟਰੈਕ ਲੋਕੇਸ਼ਨ ਕੱਟਸ ਕ੍ਰੋਸ ਆਲ ਦਾ ਪਲੇਟਰ ਇਜ਼ ਕਾਲਡ ਸਿਲੰਡਰ ਤਾਂ ਉਹਨੂੰ ਕੀ ਕਹਿੰਦੇ ਆ ਪਹਿਰੇ ਬੱਚੋ ਸਿਲੰਡਰ ਕਹਿੰਦੇ ਹਾਂ इन ई बी सी आई कोर्ड्स मैक्सीम पोलिब पोसीबल डिजिट्स सेम साइज हाँ जी सैट साइज़ ई बी सी डी आई सी कोड मैक्सीम कि पोसीबल डिजिट्स आ सकते हैं जी ई बी सी डी आईसी कोड्स ई बी सी डी आईसी कोड बच्चे मैक्सीम कि डिजिट आ सकते हैं हाँ जी एक ई बी सी डी आईसी कोड मैक्सीम कि डिजिट आ सकते हैं ਸਰ ਜੀ ਤੁਹਾਨੂੰ ਨੀਂਦ ਨਹੀਂ ਆਉਂਦੀ ਨਹੀਂ ਬੱਚੇ ਰੋਜ਼ 1 ਵਜੇ ਜਾਂਦੇ ਆ ਜਾਂ 2 ਵਜੇ ਸੌਂਦਾ ਡੇਲੀ ਹਾਂ ਜੀ ਈਬੀਸੀ ਡੀਆਈਸੀ ਚ ਕਿੰਨੇ ਡਿਜੀਟ ਆਉਂਦੇ ਨੇ ਬੱਚੋ 256 ਡਿਜੀਟ ਆਉਂਦੇ ਨੇ ਕਿੰਨੇ ਆਉਂਦੇ ਨੇ ਬੱਚੋ 256 ਡਿਜੀਟ ਆਉਂਦੇ ਨੇ ਈਬੀਸੀ ਡੀਸੀਆਈ ਕੋਡ ਚ ਠੀਕ ਆ ਮਨਦੀਪ ਸਿੰਘ ਜੀ ਠੀਕ ਆ ਬੱਚੋ ਚਾ ਲੋ ਅੱਗੇ ਚਲੀਏ ਨੈਕਸਟ ਆ ਦੇ ਬੱਚੇ ਦੇਖੋ ایबीसीडी एसी कोड 8 ਬਿਟਸ ਰਿਪਰਜੈਂਟੇਸ਼ਨ ਨੇ 256 ਡਿਜੀਟ ਆਂਦੇ ਨੇ ਕਿੰਨੇ ਆਂਦੇ ਨੇ ਬੱਚੋ 256 ਡਿਜੀਟ ਆਂਦੇ ਨੇ ایबीसीडीसीआईसी कोड ਚ ਨੈਕਸਟ ਆਂਦਾ ਬੱਚੇ ਆਪਣੇ ਕੋਲੇ ਡੀਟੀਪੀ ਟੂਲਸ ਯੂਜ਼ਡ ਫॉर ਡਿਜ਼ਾਈਨਿੰਗ ਐਂਡ ਨੋਨ ਡਿਜ਼ਾਈਨਰ ਟੂ ਕ੍ਰੇਜ਼ ਕ੍ਰੀਏਟ ਵਿਜ਼ੂਅਲ ਕਮਿਊਨੀਕੇਸ਼ਨ ਫॉर ਪ੍ਰੋਫੈਸ਼ਨਲ ਡੀਟੀਪੀ ਸਟੈਂਡ ਫॉर ਹਾਂਜੀ ਡੀਟੀਪੀ ਦੀ ਕੀ ਫੁੱਲ ਫਾਰਮ ਬੱਚੋ ਡੀਟੀਪੀ ਦੀ हां जी ਤਾਂ ਬੱਚੇ ਕੀ ਹੈ ਡੀਟੀਪੀ ਸਟੈਂਫੋਰਡ ਡੀਟੀਪੀ ਟੂਲਸ ਫॉर ਗ੍ਰਾਫਿਕ ਡਿਜ਼ਾਈਨਰ ਨੋਨ ਡਿਜ਼ਾਈਨਰ ਕ੍ਰੀਏਟ ਵਿਜ਼ੂਅਲ ਕਮਿਊਨੀਕੇਸ਼ਨ ਫॉर professionl ਡੀਟੀਪੀ ਸਟੈਂਫੋਰਡ ਡੀਟੀਪੀ ਸਰ ਜੀ ਤੁਸੀਂ ਬਠਿੰਡੇ ਕਿਉਂ ਨਹੀਂ ਆਏ ਦੱਸੋ ਬੱਚੋ ਕਿਉਂ ਨਹੀਂ ਆਏ ਜਿਹੜਾ ਬੱਚਾ ਪੁੱਛਦਾ ਕਹਿੰਦੇ ਕਿਉਂ ਨਹੀਂ ਆਏ ਬਠਿੰਡੇ ਹਾਂ ਜੀ ਸਿਮਰਨ ਕੌਰ ਜੀ ਲੇਟ ਹੋ ਗਏ ਬੱਚੇ ਲੇਟ ਹੋ ਗਏ हाँ जी डी टी पी स्टैंड फॉर डैक्सटॉप पबलिशिंग डी टी पी दी फुल फॉर्म प्यारे बच्चों डैक्टॉप पब्लिशिंग आएगी डी टी पी डी टी पी स्टैंड फॉर डैक्स पब्लिशिंग इज़ द यूज़ ऑफ परसनल कंप्यूटरस टू डिज़ाइनिंग द बुक्स वगैरह बुकलेट वगैरह जो अपन डिजाइनिंग लिए यूज़ करना है बच्चों अपन डी टी पी यूज करते हैं डेस्कटॉप पब्लिशिंग हाँ जी डिस्क क्लीनर हैल्प करता है की फ्री करने लाँ जी बच्चों डिस्क क्लीनर हैल्प करता है की फ्री करने ल ਡਾਟਾ ਰੀਸਾਈਕਲਬਲ ਪ੍ਰੋਸੈਸ ਸਪੀਸੀਜ਼ ਜਾਂ ਇਨਫੋਰਮੇਸ਼ਨ ਡਾਟਾ ਰੀਸਾਈਕਲਬਲ ਸਪੀਸੀਜ਼ ਜਾਂ ਇਨਫੋਰਮੇਸ਼ਨ ਹਰਦੀਪ ਕੌਰ ਜੀ ਕਹਿੰਦੇ ਸਰ ਸਰ ਦੀ ਮਰਜ਼ੀ ਹੈ ਅ ਦਲਜੀਤ ਕੌਰ ਪੱਟੀ ਜੀ ਕੀ ਹੋ ਗਿਆ ਬੱਚਿਆਂ ਨਾਰਾਜ਼ਗੀ ਜਿਹੀ ਸ਼ੋਅ ਕੀਤੀ ਹੈ ਹਾਂ ਜੀ ਬਿਲਕੁਲ ਬੱਚੋ ਬਿਲਕੁਲ ਹਾਂਜੀ ਡੀਟੀਪੀ ਸੋਰੀ ਡਿਸਕ ਕਲੀਨਰ ਡਿਸਕ ਕਲੀਨਰ ਕੀ ਕਰਦਾ ਬੱਚੇ ਫ੍ਰੀ ਸਪੇਸ ਇਸ ਫ੍ਰੀ ਕਰਦਾ ਹੈ ਮੋਬਾਈਲ ਫੋਨ ਚ ਵੀ ਯੂਜ਼ ਕਰਦੇ ਹੋ ਨਾ ਤੁਸੀਂ ਕਲੀਨਰ ਮੋਬਾਈਲ ਫੋਨ ਚ ਵੀ ਯੂਜ਼ ਕਰਦੇ ਹੋ ਨਾ ਕਲੀਨਰ ਜਿਹੜੇ ਸਪੇਸ ਇਸ ਆ ਉਹਨਾਂ ਨੂੰ ਫ੍ਰੀ ਕਰਦਾ ਹੈ ਕੌਣ ਡੀਟੀਪੀ ਨੈਕਸਟ ਬੱਚੋ ਡਿਸਕ ਕਲੀਨਰ ਹੈਲਪਸ ਟੂ ਫਰੀ ਦਾ ਸਪੇਸ ਸਪੇਸ ਫਰੀ ਕਰਦਾ ਹੈ ਯੂਟਿਲਾਈਜ਼ਡ ਬਾਈ ਦਾ ਸਟੋਰ ਦਾ ਅਨਦਰ ਹੈਂਡ ਫਾਈਲ ਫੋਲਡਰ ਨੈਕਸਟ ਵਰ ਟਾਈਪ ਆਫ ਕ੍ਰੇਟ ਇਜ਼ ਸਮਾਲਰ ਸਾਈਜ਼ ਫਾਸਟਰ ਟ੍ਰਾਂਸਫਰ ਓਵਰ ਦਾ ਇੰਟਰਨੈਟ ਹਾਂਜੀ ਕਿਸ ਕਿਸਮ ਦੇ ਸੌਫਟਵੇਅਰ ਦਾ ਇੱਕ ਛੋਟੀ ਫਾਈਲ ਬਣਾਉਂਦਾ ਜੋ ਇੰਟਰਨੈਟ ਤੇ ਟ੍ਰਾਂਸਫਰ ਕਰਨ ਲਈ ਤੇਜ਼ ਹੈ ਕੰਪਰੈਸ਼ਨ ਕਰਦੀ ਨੇ ਫ੍ਰੈਗਮੈਂਟੇਸ਼ਨ ਅਨਜ਼ਿਪਡ ਐਬਸਟ੍ਰੈਕਸ਼ਨ ਜਾਂ ਇਨਕੈਪਸੂਲੇਸ਼ਨ ਤਹਾਡੀ ਕਿਹੜੀ ਕਲਾਸ ਹੁੰਦੀ ਹੈ ਬੱਚੋ ਮੇਰੀ ਕਲਾਸ ਡੇਲੀ ਹੁੰਦੀ ਹੈ ਬੱਚੋ 2 ਵਜੇ ਹੁੰਦੀ ਹੈ ਤੇ ਰਾਤ ਨੂੰ 10 ਵਜੇ ਹੁੰਦੀ ਹੈ ਹਾਂਜੀ ਤਾਂ ਬੱਚੋ ਕੀ ਹੈ ਸੋਨ ਨੂੰ ਵਰਬਲ ਜੀ ਕਹਿੰਦੇ ਆਈ ਏਮ ਨਿਊ ਸਟੂਡੈਂਟ ਜਾਣਦਾ ਬੱਚੇ ਤੋਂ ਹੁੰਦਾ ਮੈਂ ਜਾਣਦਾ ਕਿਸ ਕਿਸਮ ਦਾ ਸੌਫਟਵੇਅਰ ਇੱਕ ਛੋਟੀ ਫਾਈਲ ਬਣਾਉਂਦਾ ਜੋ ਇੰਟਰਨੈਟ ਤੇ ਡਾਟਾ ਟਰਾਂਸਫਰ ਲਈ ਸਭ ਤੋਂ ਤੇਜ਼ ਹੈ ਤਾਂ ਕੀ ਕਹਿੰਦੇ ਬੱਚੋ ਕੰਪਰੈਸ਼ਨ ਫ੍ਰੈਗਮੈਂਟੇਸ਼ਨ ਅਨ ਜਿਪਡ ਐਬਸਟ੍ਰੈਕਸ਼ਨ ਜਾਂ ਇਨਕੈਪਸੂਲੇਸ਼ਨ ਬਿਲਕੁਲ ਜੀ ਬਿਲਕੁਲ ਤਾਂ ਕਿਹ ਨਾਲ ਬਣਾਉਂਦੇ ਆ ਬੱਚੋ ਕੰਪ੍ਰੈਸ਼ਨ ਦੇ ਨਾਲ ਬਣਾਉਂਦੇ ਆ ਕਿਹ ਨਾਲ ਬਣਾਉਂਦੇ ਆ ਬੱਚੋ ਕੰਪ੍ਰੈਸ਼ਨ ਦੇ ਨਾਲ ਬਣਾਉਂਦੇ ਆ ਜਿਹਦਾ ਆਪਾਂ ਡਾਟਾ ਕੀ ਹੈ ਇਹ ਜਲਦੀ ਟ੍ਰਾਂਸਫਰ ਕਰ ਦਿੰਨੇ ਆ ਦਾ ਸੌਫਟਵੇਅਰ ਵਿੱਚ ਮੇਕ ਦਾ ਲਾਰਜਰ ਫਾਈਲ ਇੰਟੂ ਸਮਾਲਰ ਫਾਈਲ ਬਿਲਕੁਲ ਲਾਰਜਰ ਫਾਈਲ ਨੂੰ ਸਮਾਲਰ ਫਾਈਲ ਬਣਾਉਂਦੇ ਆ ਤਾਂ ਬੱਚੋ ਕੀ ਕਹਿੰਦੇ ਆਪਾਂ ਆ ਕੰਪਰੈਸ਼ਨ ਨੈਕਸਟ ਹੈ ਟੈਕਸਟ ਟੈਕਸਟ ਐਡੀਟਰ ਇਸ ਐਂਡ ਟੈਕਸਟ ਐਡੀਟਰ ਕੀ ਹੈ ਬੱਚੋ ਤਾਂ ਇਹਦਾ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇਣਾ ਹੈ ਜਿਹੜਾ ਟੈਕਸਟ ਐਡੀਟਰ ਹੈ ਉਹ ਕੀ ਹੈ ਇਹਦਾ ਕਮੈਂਟ ਸੈਕਸ਼ਨ ਦੇ ਵਿੱਚ ਸਭ ਨੇ ਆਨਸਰ ਦੇ ਕੇ ਜਾਣਾ ਹੈ ਨੈਕਸਟ ਕਰਦੇ ਆਪਾਂ ਨੈਕਸਟ ਆ ਗਿਆ ਬੱਚੇ ਡਿਸਕ ਇਨਕ੍ਰਿਪਸ਼ਨ ਇਜ਼ ਅ ਟੈਕਨੋਲੋਜੀ ਵੇਅਰ ਡਾਟਾ ਇਨਕ੍ਰਿਪਟਡ ਬਿਫੋਰ ਸਟੋਰੇਜ ਹਾਂਜੀ ਡਿਸਕ ਇਨਕ੍ਰਿਪਸ਼ਨ ਵਿੱਚ ਇੱਕ ਤਕਨੀਕ ਹੈ ਜੋ ਸਟੋਰੇਜ ਤੋਂ ਪਹਿਲਾਂ ਡਾਟਾ ਨੂੰ ਇਨਕ੍ਰਿਪਟ ਕੀਤਾ ਜਾਂਦਾ ਹੈ ਬਿਲਕੁਲ ਕੋਈ ਵੀ ਡਾਟਾ ਸਟੋਰ ਕਰਨਾ ਹੈ ਬੱਚੇ ਉਸ ਤੋਂ ਪਹਿਲਾਂ ਬੱਚੇ ਕੀ ਹੈ ਕਿ ਉਹਨੂੰ ਇਨਕ੍ਰਿਪਟ ਕਰਨਾ ਤਾਂ ਉਹਨੂੰ ਕੀ ਕਹਿੰਦੇ ਨੇ ਬੱਚੋ ਕੇਡੀ ਡਿਸਕ ਸਟੋਰੇਜ ਹੈ ਬੱਚੋ ਜਿਹੜੀ ਆਪਾਂ ਇਨਕ੍ਰਿਪਟ ਕਰਦੇ ਹਾਂ ਡਾਟਾ ਨੂੰ ਬਿਫੋਰ ਸਟੋਰੇਜ ਬਿਲਕੁਲ ਸਬਦਾਂ ਅਨੁਸਾਰ ਆਣਾ ਚਾਹੀਦਾ ਬੱਚੋ ਸਬਦਾਂ ਅਨੁਸਾਰ ਆਣਾ ਚਾਹੀਦਾ ਬਿਲਕੁਲ ਹਾਂਜੀ ਤਾਂ ਕੀ ਆਊਗਾ ਬੱਚੋ ਆਪਣੇ ਕੋਲੇ ਕਿਹੜੀ ਆਊਗੀ ਹੂਲ ਹੈ ਜਿਹੜੀ ਮਤਲਬ ਸਾਰੀ ਡਿਸਕ ਇਨਕ੍ਰਿਪਸ਼ਨ ਹੈ ਟੈਕਨੋਲੋਜੀ ਹੈ ਜਿਹੜੀ ਸਾਰੇ ਡਾਟਾ ਨੂੰ ਇਨਕ੍ਰਿਪਟ ਸਟੋਰੇਜ ਤੋਂ ਪਹਿਲਾਂ ਆਪਾਂ ਇਨਕ੍ਰਿਪਟ ਕਰਦੇ ਹਾਂ ਹੂਲ ਡਿਸਕ ਇਨਕ੍ਰਿਪਸ਼ਨ ਦਾ ਇੰਟਾਇਰ ਡਿਸਕ ਇਨਕਲੂਡਿੰਗ ਸਵੈਪ ਫਾਈਲ ਸਿਸਟਮ ਫਾਈਲਸ ਐਂਡ ਇੰਟਰਨੈਟ ਹਾਈਬਰਨੇਸ਼ਨ ਫਾਈਲਸ ਸਰ ਜੀ 2 ਦਿਨ ਹੋ ਗਏ ਸਾਡਾ ਨਾਮ ਨਹੀਂ ਬੋਲਿਆ ਅੱਛਾ ਜੀ ਸਿਮਰਨ ਕੋਰ ਜੀ ਸਰ ਜੀ ਕੰਪਿਊਟਰ ਲੈਂਗੁਏਜ ਓਕ ਹੀ ਲੱਗਦੀ ਹੈ ਬਿਲਕੁਲ ਹੈ ਹੀ ਬੱਚੋ ਓਕ ਹੀ ਹੈ ਨੈਕਸਟ ਆ ਗਿਆ ਬੱਚੇ ਡੈਸ਼ ਮੀਨਸ ਥੈਟ देयर ਸੋਰਸ ਕੋਡ ਇਜ਼ ਨੋਟ ਅਵੇਲੇਬਲ ਹਾਂਜੀ ਕਿਹੜੇ ਕੇ ਡੀ ਐਮ ਬੱਚੇ ਜਿਨ੍ਹਾਂ ਦਾ ਸੋਰਸ ਕੋਡ ਅਵੇਲੇਬਲ ਨਹੀਂ ਹੁੰਦਾ ਡੈਸ਼ ਦਾ ਕੀ ਮਤਲਬ ਹੈ ਉਹਨਾਂ ਦਾ ਸੋਰਸ ਕੋਰਸ ਰੋਧ ਕੋਡ ਉਪਲਬਧ ਨਹੀਂ ਹੈ ਕਿੰਨਾਂ ਦਾ ਫਾਇਰਵੇਅਰ ਫ੍ਰੀਵੇਅਰ ਫ੍ਰੀਫਾਲ ਜਾਂ ਫਰਮਵੇਅਰ ਹਾਂਜੀ ਸਰ ਜੀ ਤੁਸੀਂ ਇੰਨਾ ਕੰਪਿਊਟਰ ਕਿਵੇਂ ਯਾਦ ਰੱਖਦੇ ਹੋ ਜੀ ਅੱਛਾ ਬੱਚੋ ਮੈਨੇ 10 ਸਾਲ ਕੰਪਿਊਟਰ ਪੜ੍ਹਿਆ ਹੈ ਹੈਨਾ 10 ਸਾਲ ਪੜਾਇਆ ਤਾਂ 20 ਸਾਲ ਮੈਨੂੰ ਇਸੇ ਕੰਮ ਤੇ ਹੋ ਗਿਆ ਕਿਉਂ ਨਹੀਂ ਯਾਦ ਰਹੂਗਾ ਯਾਰ ਸਰ ਜੀ ਮੈਨੂੰ ਕੰਪਿਊਟਰ ਨਹੀਂ ਆਂਦਾ ਕੀ ਕਰਾਂ ਬੱਚੋ ਕੰਪਿਊਟਰ ਦਾ ਕੋਈ ਆਮ ਦਾ ਕੈਪਸੂਲ ਵੀ ਨਹੀਂ ਆਂਦਾ ਨਾ ਜਿਹੜਾ ਯਾਦ ਹੋ ਜਾਵੇ ਵੀ ਸਾਰਾ ਕੰਪਿਊਟਰ ਫਿੱਟ ਹੋ ਜਾਵੇ ਜਾਂ ਉਹ ਜਾਦੂ ਵਾਲੀ ਕਿਤਾਬ ਸ਼ਕਲਕ ਬੂਮ ਬੂਮ ਦੇਖਿਆ ਕਰਦੇ ਹੋ ਮੈਂ ਉਹ ਚੀਜ਼ ਜਾਣਦੀ ਨਹੀਂ ਬੱਚੇ ਪੜਨਾ ਪਊਗਾ ਕਲਾਸ ਲਾਣੀ ਪਿਆ ਕਰੂਗੀ ਡੇਲੀ 2 ਵਜੇ ਤੇ ਰਾਤ ਨੂੰ 10 ਵਜੇ ਤਾਂ ਕਿਹੜੇ ਕਹਿੰਦੇ ਬੱਚੇ ਫ੍ਰੀਵੇਅਰ ਕਹਿੰਦੇ ਆ ਕੀ ਕਹਿੰਦੇ ਬੱਚੋ ਫ੍ਰੀਵੇਅਰ ਕਹਿੰਦੇ ਨੇ ਬਿਲਕੁਲ ਤਾਂ ਫ੍ਰੀਵੇਅਰ ਕਹਿੰਦੇ ਨੇ ਹਾਂਜੀ ਜਿਨ੍ਹਾਂ ਦਾ ਸੋਰਸ ਕੋਡ ਅਵੇਲੇਬਲ ਨਹੀਂ ਹੁੰਦਾ ਤਾਂ ਉਹਨੂੰ ਕੀ ਕਹਿੰਦੇ ਬੱਚੋ ਫ੍ਰੀਵੇਅਰ ਕਹਿੰਦੇ ਆ ਦੇਖੋ ਫ੍ਰੀਵੇਅਰ ਨਾਟ ਕੰਫਿਊਜ਼ ਕੰਫਿਊਜ਼ਡ ਵਿਦ ਫ੍ਰੀ ਸੌਫਟਵੇਅਰ ਬਿਲਕੁਲ ਜਿਹੜੇ ਬੱਚੇ ਆਪਣੇ ਗੂਗਲ ਕ੍ਰੋਮ ਵਗੈਰਾ ਹੈ ਇਹ ਹੈ ਬੱਚੇ ਕੀ ਆਪਣੇ ਕੋਲੇ ਫ੍ਰੀਵੇਅਰ ਸੌਫਟਵੇਅਰ ਇਹਨਾਂ ਦਾ ਸੋਰਸ ਕੋਡ ਅਵੇਲੇਬਲ ਨਹੀਂ ਹੁੰਦਾ ਨੈਕਸਟ ਇਨ ਆਰਡਰ ਟੂ ਫਾਈਲ ਪੈਰੀਫੈਰਲ ਆਪਰੇਟ ਕਰੈਕਟਲੀ ਮਸਟ ਬੀ ਇਨਸਟਾਲਡ ਹਾਂਜੀ ਤੁਹਾਡੇ ਕੀ ਹੈ ਬੱਚੋ ਫਾਇਰਵਾਲ ਸੋਰੀ ਆਪਣੇ ਕੀ ਹੈ ਪੈਰੀਫੈਰਲ ਡਿਵਾਈਸ ਸਾਡੇ ਸਾਰੇ ਇਨਪੁਟ ਆਉਟਪੁਟ ਡਿਵਾਈਸ ਪ੍ਰੋਪਰ ਵਰਕ ਕਰਨ ਤਾਂ ਆਪਾਂ ਨੂੰ ਕੀ ਇਨਸਟਾਲ ਕਰਨਾ ਪਊਗਾ ਬੱਚੋ ਕੀ ਕਰਨਾ ਪਊਗਾ ਉਹਦੇ ਲਈ ਕਿ ਜਿਹੜੀ ਹੈਗੀਆਂ ਕਹਿੰਦਾ ਇਨ ਆਰਡਰ ਟੂ ਪੈਰੀਫੈਰਲ ਟੂ ਆਪਰੇਟ ਕਰੈਕਟਲੀ ਇਟ ਮਸਟ ਬੀ ਇਨਸਟਾਲ ਕੀ ਇਨਸਟਾਲ ਕਰਨਾ ਪਊਗਾ ਕਿ ਤੁਹਾਡੇ ਤੁਹਾਡੇ ਪੈਰੀਫੈਰਲ ਹੈ ਇਹ ਸਾਰੇ ਡਿਵਾਈਸ ਬੱਚੇ ਕੀ ਹੋਣ ਪ੍ਰੋਪਰ ਵਰਕ ਕਰਨ ਬਿਲਕੁਲ ਤਾਂ ਬੱਚੋ ਤੁਹਾਡੇ ਕੋਲੇ ਹਾਰਡ ਕਾਪੀ ਵੀ ਨਹੀਂ ਹੁੰਦੀ ਹਾਰਡ ਕਾਪੀ ਵਾਸਤੇ ਬੁੱਕ ਕੱਢ ਰਿਆਂ ਤੁਹਾਡੇ ਵਾਸਤੇ ਬਿਲਕੁਲ ਜਲਦੀ ਆ ਜੂਗੀ ਮਾਰਕੀਟ ਦੇ ਵਿੱਚ ਉੱਥੇ ਤੁਹਾਨੂੰ ਕੀ ਹੈ ਕੰਪਿਊਟਰ ਸਾਰਾ ਯਾਦ ਹੋ ਜੂਗਾ ਕਲਾਸਾਂ 'ਚ ਪੜ੍ਹ ਲਿਆ ਇੱਕ ਵਾਰੀ ਬੁੱਕ ਪੜ੍ਹ ਲਈ ਤਾਂ ਚੀਜ਼ਾਂ ਸਾਰੀਆਂ ਯਾਦ ਹੋ ਜਾਣਗੀਆਂ ਹਾਂਜੀ ਇਨ ਆਰਡਰ ਟੂ ਪੈਰੀਫੇਰਲ ਡਿਵਾਈਸ ਆਪਰੇਟ ਤਾਂ ਕਿ ਇੰਸਟਾਲ ਹੋਣਾ ਚਾਹੀਦਾ ਬੱਚੀ ਆਪਣੇ ਕੋਲੇ ਡਿਵਾਈਸ ਡਰਾਈਵਰ ਇੰਸਟਾਲ ਹੋਣਾ ਚਾਹੀਦਾ ਕੀ ਬੱਚੋ ਡਿਵਾਈਸ ਡਰਾਈਵਰ ਇੰਸਟਾਲ ਹੋਣੇ ਚਾਹੀਦੇ ਆ ड्राइ डिवाइस ड्राइवेर प्रोवाइडर हार्डवेयर सॉफ्टवेयर इंटरफेस अनेबलिंग द ऑपरेटिंग सिस्टम और दर कंप्यूटर प्रोग्राम्स टू असैस ऑल हार्डवेयर फंक्शन विदाउट नोइंग द एगजैक्ट स्पेसिफिक हार्डवेयर बिल्कुल जी बिल्कुल ਕਿ ਬੱਚੋ ਜਦੋਂ ਵੀ ਕੋਈ ਹਾਰਡਵੇਅਰ ਨੂੰ ਪ੍ਰੋਪਰ ਵਰਕਿੰਗ ਚਾਹੀਦੀ ਹੈ ਤਾਂ ਉਹਦਾ ਕੀ ਹੈ ਡਿਵਾਈਸ ਡਰਾਈਵਰ ਇੰਸਟਾਲ ਹੋਣੇ ਜ਼ਰੂਰੀ ਨੇ ਅੰਗਰੇਜ਼ੀ ਕਾਫੀ ਲਿਖੀ ਗਈ ਚਲੋ ਮੈਂ ਐਕਸਪਲੇਨ ਨਹੀਂ ਕੀਤੀ ਐਨੀ ਤੁਸੀਂ ਭੁੱਲ ਜਿਓਗੇ ਨੈਕਸਟ ਬੱਚੇ ਸੋ 10 ਸੌਫਟਵੇਅਰ ਦੈਟ ਇਜ਼ ਯੂਜ਼ ਟੂ ਕ੍ਰੀਏਟ ਅ ਟੈਕਸਟ ਬੇਸਡ ਡਾਕੂਮੈਂਟ ਇਜ਼ ਰੈਫਰਡ ਟੂ ਐਜ਼ ਅ ਹਾਂਜੀ ਟੈਕਸਟ ਆਧਾਰਿਤ ਦਸਤਾਵੇਜ਼ ਬਣਾਉਣ ਲਈ ਡੈਸ਼ ਵਰ ਸੌਫਟਵੇਅਰ ਨੂੰ ਵਰਤੇ ਜਾਂਦੇ ਹਨ ਬਿਲਕੁਲ ਬੱਚੇ ਬਿਲਕੁਲ ਤਾਂ ਬੱਚੇ ਕੀ ਇਹ ਟੈਕਸਟ ਅਧਾਰਿਤ ਦਸਤਾਵੇਜ਼ ਬਣਾਉਣ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਨੂੰ ਕਿਹਾ ਜਾਂਦਾ ਹੈ? ਹਾਂਜੀ ਕੀ ਕਿਹਾ ਜਾਂਦਾ ਬੱਚੋ? ਡੀਬੀਐਮਐਸ ਸੂਟਸ, ਕੰਪਾਈਲਰ, ਪ੍ਰੈਜੈਂਟੇਸ਼ਨ ਸੌਫਟਵੇਅਰ ਜਾਂ ਵਰਡ ਪ੍ਰੋਸੈਸਰ? ਹਾਂਜੀ ਬਿਲਕੁਲ ਜੀ ਬਿਲਕੁਲ। ਤਾਂ ਇਹ ਟੈਕਸਟ ਅਧਾਰਿਤ ਜੋ ਬਣਦੇ ਬੱਚੇ ਉਹਨਾਂ ਨੂੰ ਕੀ ਕਹਿੰਦੇ ਆਪਾਂ? ਵਰਡ ਪ੍ਰੋਸੈਸਰ ਕਹਿੰਦੇ ਆ ਕੀ ਕਹਿੰਦੇ ਆ ਬੱਚੇ ਆਪਾਂ? ਵਰਡ ਪ੍ਰੋਸੈਸਰ ਕਹਿੰਦੇ ਆ ਬਿਲਕੁਲ ਤਾਂ ਕੀ ਕਹਿੰਦੇ ਆ ਵਰਡ ਪ੍ਰੋਸੈਸਰ ਜਦੋਂ ਆਪਾਂ ਨੇ ਟੈਕਸਟ ਡਾਕੂਮੈਂਟ ਬਣਾਉਣੇ ਨੇ। ਏ ਸੌਫਟਵੇਅਰ दैट इज यूज्ड टू क्रिएटेड ਟੈਕਸਟ ਬੇਸਡ ਡਾਕੂਮੈਂਟ ਇਜ਼ ਕਾਲਡ ਵਰਡ ਪ੍ਰੋਸੈਸਰ ਤਾਂ ਉਹਨੂੰ ਕੀ ਕਹਿੰਦੇ ਪਿਆਰੇ ਬੱਚੋ ਵਰਡ ਪ੍ਰੋਸੈਸਰ ਕਿਹਾ ਜਾਂਦਾ ਹੈ ਨੈਕਸਟ ਹੈ ਬੱਚੇ ਵੈਨ ਫਾਈਲਸ ਆਰ ਬ੍ਰੋਕਨ ਅਪ ਇੰਟੂ ਸਮਾਲਰ ਪਾਰਟਸ ਆਫ ਡਿਸਕ ਦੇ ਆਰ ਸੈਟ ਟੂ ਬੀ ਹਾਂਜੀ ਜਦੋਂ ਫਾਈਲ ਨੂੰ ਆਪਾਂ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਦਿੰਨੇ ਤਾਂ ਉਹਨੂੰ ਕੀ ਕਹਿੰਦੇ ਆ ਬੱਚੇ ਜਦੋਂ ਇੱਕ ਫਾਈਲ ਨੂੰ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਵੰਡ ਦਿੰਨੇ ਤਾਂ ਉਹਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ऑप्शन है बच्चों अपने को फ्रैगमेंटेड कॉन्टीजूअस सेक्टर्ड या डिजबर्ज सर हाँ जी क्लर्क का पेपर पोस्टपोन्ड हो गया छे अगस्त का हो गया यार छः अगस्त का हो गया क्लर्क का पेपर बिल्कुल ਹਾਂਜੀ ਜਦੋਂ ਇੱਕ ਦਾਸਤੀਵਰ ਨੂੰ ਆਪਾਂ ਛੋਟੇ ਛੋਟੇ ਹਿੱਸੇ 'ਚ ਵੰਡਦੇ ਆ ਬੱਚੇ ਉਹਨੂੰ ਕੀ ਕਹਿੰਦੇ ਆ ਫ੍ਰੈਗਮੈਂਟਡ ਕਹਿੰਦੇ ਆ ਕੀ ਕਹਿੰਦੇ ਆ ਪੈਰੇ ਬੱਚੋ ਨੂੰ ਫ੍ਰੈਗਮੈਂਟਡ ਕਹਿੰਦੇ ਆ ਬਿਲਕੁਲ ਤਾਂ ਕੀ ਕਹਿੰਦੇ ਆ ਪੈਰੇ ਬੱਚੋ ਫ੍ਰੈਗਮੈਂਟਡ ਕਹਿੰਦੇ ਆ ਤਾਂ ਕਹਿੰਦੇ ਫ્રેਗਮੈਂਟਡ ਰੈਫਰਸ ਟੂ ਐਨ अनਵਾਂਟਡ ਪ੍ਰੋਬਲਮ ਥੈਟ ਅਕਰ ਇਨ ਦਾ OS ਵਿਚ ਇਹ ਪ੍ਰੋਸੈਸਿਸ ਅਨਲੋਡਡ ਐਂਡ ਲੋਡਰ ਫਰੋਮ ਮੈਮਰੀ ਬਿਲਕੁਲ ਜੀ ਫ્રેਗਮੈਂਟੇਸ਼ਨ ਕੀ ਹੈ ਜੋ ਜੋ ਆਪਣੇ ਦੋ ਹਿੱਸੇ ਦੇ ਵਿੱਚ ਡਾਕੂਮੈਂਟ ਡਿਵਾਈਡ ਹੋ ਗਿਆ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਤਾਂ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਕਿਉਂਕਿ ਉਹ ਥੋੜੀ ਥੋੜੀ ਸਪੇਸ ਲੈ ਲੈਂਦੀ ਨੇ ਤਾਂ ਇਹਨੂੰ ਕਹਿੰਦੇ ਬੱਚੇ ਆਪਾਂ ਫ્રેਗਮੈਂਟੇਸ਼ਨ ਕਹਿੰਦੇ ਨੇ ਸੋ ਲੈ ਸਾਈ ਦਾ ਨਹੀਂ ਹੋਇਆ ਪੋਸਟਪੋਨ ਬੱਚੇ ਕੋਈ ਇਨਫੋਰਮੇਸ਼ਨ ਆਈ ਨਹੀਂ ਐਸਆਈ ਬਾਰੇ ਐਸਆਈ ਬਾਰੇ ਕੋਈ ਇਨਫੋਰਮੇਸ਼ਨ ਆਈ ਨਹੀਂ ਹਲੇ ਇਹ ਪ੍ਰੋਗਰਾਮ ਇਨ ਐਗਜ਼ੀਕਿਊਸ਼ਨ ਨੇ ਜਿਹੜਾ ਇੱਕ ਪ੍ਰੋਗਰਾਮ ਐ ਐਗਜ਼ੀਕਿਊਸ਼ਨ ਚ ਹੁੰਦਾ ਤਾਂ ਉਹਨੂੰ ਕੀ ਕਹਿੰਦੇ ਨੇ ਪਿਆਰੇ ਬੱਚੋ ਕੀ ਕਹਿੰਦੇ ਨੇ ਸਰ ਐਮਪੀ ਤੇ ਵੀ ਆਇਆ ਕਰੋ ਉੱਥੇ ਵੀ ਬਹੁਤ ਵਧੀਆ ਕਲਾਸ ਹੁੰਦੀ ਹੈ ਸਰਦੀ ਹਾਂਜੀ ਅੱਛਾ ਬੱਚਿਆਂ ਨੂੰ ਕਹਿ ਰਿਹਾ ਹਾਂ ਤੁਸੀਂ ਐਮਪੀ ਤੇ ਬਿਲਕੁਲ ਸਰ ਕਨਸਟੇਬਲ ਵੀ ਪੋਸਟਪੋਨ ਹੋਗਾ ਨਹੀਂ ਬੱਚੇ ਕਨਸਟੇਬਲ ਪੋਸਟਪੋਨ ਨਹੀਂ ਹੁੰਦਾ ਕਨਸਟੇਬਲ ਤਾਂ ਪੱਕਾ ਤੁਹਾਡਾ ਫਰਸਟ ਵੀਕ ਹੋਊਗਾ ਫਰਸਟ ਇਅਰ ਸੈਕਿੰਡ ਵੀਕ ਹੈ ਜਿਹੜਾ ਵੀ ਤੁਹਾਨੂੰ ਦਿੱਤਾ ਹੋਇਆ ギਵਨ ਹੈ ਤਾਂ ਮਤਲਬ ਅਗਸਤ ਦੇ ਫਰਸਟ ਵੀਕ ਦਾ ਸੈਕਿੰਡ ਵੀਕ ਹੋ ਜਾਊਗਾ ਥੋੜਾ ਜਿਹਾ ਟਾਈਮ ਰਹਿ ਗਿਆ ਜਲਦੀ ਜਲਦੀ ਤੁਸੀਂ ਕੀ ਕਰ ਲੋ ਖੇਚਲੋ ਤਿਆਰੀ ਹਾਂਜੀ ਪ੍ਰੋਗਰਾਮ ਐਗਜ਼ੀਕਿਊਸ਼ਨ ਚ ਹੁੰਦਾ ਬੱਚਿਓ ਉਹਨੂੰ ਕੀ ਕਹਿੰਦੇ ਆਪਾਂ ਜਿਹੜਾ ਪ੍ਰੋਗਰਾਮ ਐਗਜ਼ੀਕਿਊਸ਼ਨ ਚ ਹੁੰਦਾ ਉਹਨੂੰ ਕਹਿੰਦੇ ਆ ਬੱਚੇ ਆਪਾਂ ਪ੍ਰੋਸੈਸ ਕਹਿੰਨੇ ਆ ਕੀ ਕਹਿੰਨੇ ਪੇਰੇ ਬੱਚੋ ਪ੍ਰੋਸੈਸ ਕਹਿੰਨੇ ਆ ਬਿਲਕੁਲ ਨਾ ਪ੍ਰੋਗਰਾਮ ਇਨ ਦਾ ਐਗਜ਼ੀਕਿਊਸ਼ਨ ਇਸ ਕਾਲਡ ਪ੍ਰੋਸੈਸ ਨੈਕਸਟ ਵਿਚ ਆਫ ਦਾ ਫੋਲੋਇੰਗ ਇਸ ਨੋਟ ਅ ਫੰਕਸ਼ਨ ਆਫ ઓਪਰੇਟਿੰਗ ਸਿਸਟਮ ਹੈ ਨਾ ਵਿੱਚੋਂ ਕਿਹੜਾ ઓਪਰੇਟਿੰਗ ਸਿਸਟਮ ਦਾ ਕੰਮ ਨਹੀਂ ਹੈ ਹਾਂਜੀ ਇਹਨਾਂ ਵਿੱਚੋਂ ਬੱਚੇ ਕਿਹੜਾ ਬਰੇਡਿੰਗ ਸਿਸਟਮ ਦਾ ਕੰਮ ਨਹੀਂ ਹੈ ਤਾਂ ਕਿਹੜੇ ਕਿਹੜੇ ਬੱਚੇ ਆਪਣੇ ਕੋਲੇ ਰਿਸੋਰਸ ਮੈਨੇਜਮੈਂਟ ਫਾਈਲ ਮੈਨੇਜਮੈਂਟ ਨੈਟਵਰਕਿੰਗ ਜਾਂ ਪ੍ਰੋਸੈਸ ਮੈਨੇਜਮੈਂਟ ਹਾਂਜੀ ਇੰਨਾ ਚ ਬੱਚੇ ਕਿਹੜਾ ਆਪਣੇ ਕੋਲੇ ਜਿਹੜਾ ਹੈਗਾ ኦਪਰੇਟਿੰਗ ਸਿਸਟਮ ਦਾ ਫੰਕਸ਼ਨ ਨਹੀਂ ਹੈ ਨੈਟਵਰਕਿੰਗ ਕੀ ਹੈ ਵਿੱਚ ਨੈਟਵਰਕਿੰਗ ਨੈਟਵਰਕਿੰਗ ਕੀ ਆਪਣੇ ਕੋਲੇ ਫੰਕਸ਼ਨ ਨਹੀਂ ਹੈਗਾ ኦਪਰੇਟਿੰਗ ਸਿਸਟਮ ਦਾ ਤਾਂ ਕੀ ਹੁੰਦਾ ਫੰਕਸ਼ਨ ਆਫ ኦਪਰੇਟਿੰਗ ਸਿਸਟਮ ਕਿਹੜੇ-ਕਿਹੜੇ ਹੈ ਮੈਮਰੀ ਮੈਨੇਜਮੈਂਟ ਹੈ ਪ੍ਰੋਸੈਸ ਮੈਨੇਜਮੈਂਟ ਹੈ ਡਿਵਾਈਸ ਮੈਨੇਜਮੈਂਟ ਹੈ ਫਾਈਲ ਮੈਨੇਜਮੈਂਟ ਹੈ ਸਿਕਿਉਰਿਟੀ ਹੈ ਸਾਰੇ ਫੰਕਸ਼ਨ ਹੈ ਕਿਦੇ ኦਪਰੇਟਿੰਗ ਸਿਸਟਮ ਦੇ ਨੈਕਸਟ ਆ ਗਿਆ ਬੱਚੇ ਦ ਫਰਸਟ ਗ੍ਰਾਫਿਕਲ ਯੂਜ਼ਰ ਇੰਟਰਫੇਸ ਡਿਜ਼ਾਈਨਡ ਬਾਈ ਹਾਂਜੀ ਪਹਿਲਾ ਗ੍ਰਾਫਿਕਲ ਇੰਟਰਫੇਸ ਕਿਨੇ ਡਿਜ਼ਾਈ ਸਰ ਕਨਸਟੇਬਲ ਦਾ ਨਾਮ ਨਾ ਲਓ ਜੀ ਮੈਨੂੰ ਘਬਰਾਟ ਹੋ ਜਾਂਦੀ ਹੈ ਅੱਛਾ ਹਰਪ੍ਰੀਤ ਬਾਜਵੇ ਤੈਨੂੰ ਵੀ ਘਬਰਾਟ ਹੁੰਦੀ ਹੈ ਯਾਰ ਤੇ ਲੋਕਾਂ ਨੂੰ ਘਬਰਾਟ ਕਰ ਦਿਨਾ हाँ जी एस एस सी सी जी एल का पेपर का पता नहीं पोस्टपोन होंगे जी पोस्टपोन या नहीं एस एससी सी जी एल का नहीं पता बच्चे कोई आईडिया हाँ जी पहला पहला ग्राफिकल यूजर इंटरफेस है कि द्वारा डिजाइन किया गया बच्चे जराक्स कॉर्पोरेशन द्वारा किरॉक्स कारपोरेन द्वारा बिल्कुल जराक्स कारपोरेशन ने डिजाइन किया आंसर आऊगा प्यारे बच्चों सी आऊगा सी हाँ जी ਜ਼ੈਰੋਕਸ ਕਾਰਪੋਰੇਸ਼ਨ ਨੇ ਡਿਜ਼ਾਈਨ ਕੀਤਾ ਸੀ ਦਾ ਪਹਿਲਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਵਿਚ ਅਮੰਗ ਦਾ ਫੋਲਿੰਗ ਇਜ਼ ਨੋਟ ਐਂਡ ਮੋਬਾਈਲ ਆਪਰੇਟਿੰਗ ਸਿਸਟਮ ਹਾਂ ਜੀ ਇਹਨਾਂ ਚੋਂ ਬੱਚੇ ਕਿਹੜਾ ਮੋਬਾਈਲ ਆਪਰੇਟਿੰਗ ਸਿਸਟਮ ਨਹੀਂ ਹੈ ਹਾਂ ਜੀ ਸਰ ਸੀਆਈਐਸ ਦੀ ਕਲਾਸ ਜ਼ਰੂਰੀ ਹੈ ਜੀ ਇਹ ਡ੍ਰੀਮ ਪੁਲਿਸ ਜੀ ਜੇ ਤੁਹਾਡਾ ਸੀਆਈਐਸਐਫ ਚ ਪੇਪਰ ਚ ਕੰਪਿਊਟਰ ਆਂਦਾ ਤਾਂ ਜ਼ਰੂਰੀ ਹੈ ਜੇ ਨਹੀਂ ਆਂਦਾ ਫਿਰ ਕੋਈ ਜ਼ਰੂਰੀ ਨਹੀਂ ਸਰ ਮੇਰੀ ਬਿਲਕੁਲ ਤਿਆਰੀ ਨਹੀਂ ਹੋਈ ਜੀ ਹੋ ਜੂਗੀ ਬੱਚੇ ਤਿਆਰੀ ਹੋ ਜੂਗੀ ਕੋਈ ਟੈਨਸ਼ਨ ਨਹੀਂ ਲੈਣੀ ਹਾਂਜੀ ਇਹਨਾਂ ਚੋਂ ਕਿਹੜਾ ਮੋਬਾਈਲ ኦਪਰੇਟਿੰਗ ਸਿਸਟਮ ਨਹੀਂ ਹੈ ਬੱਚੇ সাফਾਰੀ ਨੈਕਸਟ ਹੈ ਫਰਸਟ ਵਰਜ਼ਨ ਆਫ ਦਾ ਯੂਨਿਕਸ ਵਾਸ ਡਿਵਲਪਡ ਹਾਂਜੀ ਪਹਿਲਾ ਵਰਜ਼ਨ ਬੱਚੇ ਕੀ ਹੈ ਫਰਸਟ ਵਰਜ਼ਨ ਆਫ ਯੂਨਿਕਸ ਵਾਸ ਡਿਵਲਪਡ ਬਾਈ ਹਾਂਜੀ ਡੈਸ਼ ਦੁਆਰਾ ਪਹਿਲਾ ਸੰਸਕਰਨ ਵਿਕਸਿਤ ਕੀਤਾ ਗਿਆ ਯੂਨਿਕਸ ਦਾ ਹਾਂਜੀ ਯੂਨਿਕਸ ਦਾ ਪਹਿਲਾ ਸੰਸਕਰਨ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਬੱਚੋ ਕੇਨ ਥਾਮਸਨ ਪੈਸਪਰਟ ਜੈ ਯਾਕਟ ਦੋਨਾਂ ਨੇ ਦੋ ਜਣਿਆਂ ਨੇ ਮਿਲ ਕੇ ਕੀਤਾ ਸੀ ਇੱਕਤਾ ਸੀ ਆਪਣਾ ਕੇਨ ਥਾਮਸਨ ਸੀ ਤੇ ਦੂਜਾ ਨਾਲ ਲਾਲਿਆ ਸੀ ਇਹਨੇ ਸਾਥੀ ਆਪਣਾ ਡੈਨਿਸ ਰਿਚੀ ਜਿਨੇ ਸੀ ਦੀ ਖੋਜ ਕੀਤੀ ਸੀ ਡੈਨਿਸ ਰਿਚੀ ਵਿੱਚ ਆਫ ਦਾ ਆਪਰੇਟਿੰਗ ਸਿਸਟਮ ਵਾਜ ਫਰਸਟ ਡਿਵੈਲਪਡ ਬਾਈ ਮਾਈਕਰੋਸਾਫਟ ਹਾਂਜੀ ਪਹਿਲਾ ਹੇਠਾ ਦਿੱਤੇ ਵਿੱਚੋਂ ਕਿਹੜਾ ਪਹਿਲਾ ਆਪਰੇਟਿੰਗ ਸਿਸਟਮ ਹੈ ਜਿਹੜਾ ਮਾਈਕਰੋਸਾਫਟ ਨੇ ਡਿਵੈਲਪ ਕੀਤਾ ਸੀ ਹਾਂਜੀ ਇਹਨਾਂ ਵਿੱਚੋਂ ਪਹਿਲਾ ਆਪਰੇਟਿੰਗ ਸਿਸਟਮ ਕਿਹੜਾ ਬੱਚੇ ਜਿਹੜਾ ਕਿਨੇ ਡਿਵੈਲਪ ਕੀਤਾ ਸੀ ਮਾਈਕਰੋਸਾਫਟ ਨੇ ਡਿਵੈਲਪ ਕੀਤਾ ਸੀ ਤਾਂ ਆਪਸ਼ਨ ਹੈ ਵਿੰਡੋ ਐਮਈ ਵਿੰਡੋ ਐਂਟੀ ਹਾਂਜੀ ਤਾਂ ਵਿੰਡ ਐਂਟੀ ਦੀ ਫੁੱਲ ਫਾਰਮ ਬੱਚੋ ਐਮਈ ਦੀ ਫੁੱਲ ਫਾਰਮ ਐਕਸਪੀ ਦੀ ਫੁੱਲ ਫਾਰਮ ਤਿੰਨੇ ਦੱਸੋ ਇਹ ਤਾਂ ਮੈਂ ਦੱਸ ਦਿੰਨਾ ਐਕਸਪੀਰੀਅੰਸ ਤੇ ਇਹ ਜੀ ਹੁੰਦੀ ਹੈ ਵਿੰਡੋ ਮਿਲੀਮੀਅਮ ਮਿਲੀਮੀਅਮ ਤੇ ਵਿੰਡੋ ਐਂਟੀ ਦੱਸੋ ਐਂਟੀ ਕੀ ਹੁੰਦੀ ਹੈ ਹਾਂਜੀ ਐਂਟੀ ਤਾਂ ਆਨਸਰ ਤਾਂ ਇਹਦਾ ਵੈਸੇ 95 ਆਊਗਾ ਵਿੰਡੋ 95 ਹੈ ਐਂਟੀ ਸਟੈਂਡ ਫੋਰ ਬੱਚੋ ਐਂਟੀ ਬਿਲਕੁਲ ਐਂਟੀ ਸਟੈਂਡ ਫੋਰ ਬੱਚੇ ਐਂਟੀ ਐਂਟੀ ਹੈਗਾ ਆਪਣੇ ਕੋਲੇ ਨਿਊ ਟੈਕਨੋਲੋਜੀ ਹਾਂਜੀ ਇਟ ਵਾਸ ਵਿੰਡੋ 95 ਸੀਡ ਆਪਰੀਡਿੰਗ ਸਿਸਟਮ ਹੈਡਾ ਫਰਸਟ ਮਾਈਕਰੋਸਾਫਟ ਨੇ ਡਿਵੈਲਪ ਕੀਤਾ ਸੀ ਬਿਲਕੁਲ ਐਂਟੀ ਸਟੈਂਡ ਫੋਰ ਬੱਚੇ ਨਿਊ ਟੈਕਨੋਲੋਜੀ ਵਿਚ ਆਫ ਦਾ ਫੋਲੋਇੰਗ ਵਿੰਡੋ ਯੂਟਿਲਿਟੀਜ਼ ਇਰੇਜ਼ ਅਨਨੀਡਿਡ ਫਾਈਲਜ਼ ਹਾਂਜੀ ਕਿਹੜੀ ਯੂਟਿਲਿਟੀ ਵਿੰਡੋ ਯੂਟਿਲਿਟੀ ਹੈ ਜਿਹੜੀ ਅਨਨੀਡਿਡ ਫਾਈਲਜ਼ ਨੂੰ ਇਰੇਜ਼ ਕਰਦੀ ਹੈ ਹੇਠ ਲਿਖਿਆ ਵਿੱਚੋਂ ਵਿੰਡੋਜ਼ ਉਪਭੋਗਤਾਵਾਂ ਵਿੱਚ ਕਿਹੜੀ ਬੈਲੋਡੀਅਮ ਫਾਈਲਾਂ ਨੂੰ ਮਿਟਾਉਂਦੀਆਂ ਹਨ बैकअप एंड रिस्टोर विजार्ड डिस्क क्लीनअप डिस्क डिफ्रैगमेंटर या एंटीवायरस हाँ जी बिल्कुल बच्चों बिल्कुल तो की कहें फॉलोइंग विंडोज यूटिलिटी इरेज अनिडिड फाइल्स बैकअप एंड रिस्टोर विजार्ड डिस्क क्लीनअप डिस्क डिफ्रैगमेंटर या एंटीवायरस हां जी तो बच्चों क्या होगा डिस्क क्लीनअप ਆਊਗਾ ਕੀ ਆਊਗਾ ਬੱਚੋ ਡਿਸਕ ਕਲੀਨਅਪ ਆਊਗਾ ਡ ਹੈ ਅਨਨੀਡੇਡ ਫਾਈਲਸ ਨੂੰ ਰੀਅਰਸ ਕਰਦੇ ਆਪਾਂ ਡਿਸਕ ਕਲੀਨਅਪ ਨਾਲ ਰੀਅਰਸ ਕਰਦੇ ਆ। ਨੈਕਸਟ ਹੈ ਬੱਚੇ ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ ਟੂ ਓਪਨ ਅ ਫਾਈਲ ਮੈਨੂ ਆਫ ਦਾ ਕਰੰਟ ਪ੍ਰੋਗਰਾਮ ਬਿਲਕੁਲ ਇਹ ਕੁਐਸਚਨ ਵੀ ਇੰਪੋਰਟੈਂਟ ਹੈ। ਹਾਂ ਜੀ ਸਰ ਦੱਸੋ ਜੀ ਇੱਕ ਵੀਕ ਇੱਕ ਵੀਕ ਚ ਹੋ ਜਾਊਗਾ ਬੱਚੇ ਕਨਸਟੇਬਲ ਲੰਬਾ ਨਹੀਂ ਚੱਲਦਾ ਸਰ ਐਸਐਸਸੀ ਇਨਕਮ ਟੈਕਸ ਪੋਸਟ ਆਫ ਅਫੀਸ਼ਲ ਐਡਮਿਟ ਕਾਰਡ ਨੇ आए नहीं जी प्लीज़ सर मैनू पता नहीं लग रहा दसो प्लीज़ कमलजोत सिंह जी बच्चे एस एस सी दाइट पर जाके चैक कर लो एस एस सी डॉट एन आई सी डॉट इन है उत्थे जाके चेक कर लो हाँ जी, विच्चों, विच्चों जी तो बच्चों विच ऑफ द फॉलोइंग की इज़ यूज टू ओपन ए फाइल मेन्यू इन करंट प्रोग्राम बच्चों फाइल मैन्यू ओपन करने लिए करंट प्रोग्राम प्रोग्रामी की यूज़ करा तो कंट्रोल एफ शिफ्ट एफ ऑल्ट एफ या कंट्रोल ऑल्ट एफ ਕੱਲਾ ਐਫ ਐਫ ਪਾਤਾ ਕੰਟਰੋਲ ਆਲਟ ਤਾਂ ਲਾ ਦਿਓ ਬਿਲਕੁਲ ਪਤਾ ਵੀ ਕੰਟਰੋਲ ਆਲਟ ਤੁਸੀਂ ਆਪਣੇ ਲਾ ਲਾ ਦਿਓ ਸਰ ਸਾਨੂੰ ਪਤਾ ਨਹੀਂ ਹੈਗਾ ਕਨਫਿਊਜ਼ ਆ ਐਫ ਸਾਡਾ ਪੱਕਾ ਵੀ ਐਫ ਆਊਗਾ ਜਾਂ ਆਊਗਾ ਬਹੁਤ ਤੇਜ਼ ਆ ਬੱਚੇ ਇੰਨੇ ਇੰਟੈਲੀਜੈਂਟ ਕਦੋਂ ਤੋਂ ਹੋ ਗਏ ਤੁਸੀਂ ਮੈਨੂੰ ਐ ਤਾਂ ਦੱਸ ਦੋ ਕਦੋਂ ਤੋਂ ਹੋ ਗਏ ਇੰਨੇ ਇੰਟੈਲੀਜੈਂਟ ਹਾਂਜੀ ਆਲਟ ਐਫ ਆਊਗਾ ਕੀ ਆਊਗਾ ਪਿਆਰੇ ਬੱਚੋ ਆਲਟ ਐਫ ਆਊਗਾ ਉਹ ਐਫ ਦਾ ਦੇਖੋ ਸਾਰਿਆਂ ਨਾਲ ਲੱਗਿਆ ਹੋਇਆ ਐਫ ਇਹਦੇ ਨਾਲ ਵੀ ਇਹਦੇ ਨਾਲ ਵੀ ਇਹਦੇ ਨਾਲ ਵੀ ਇਹਦੇ ਨਾਲ ਵੀ ਜਦੋਂ ਆਨਸਰ ਨਹੀਂ ਆਉਂਦਾ ਕੱਲਾ ਐਫ ਭੇਜਦਾ ਹੈ ਨਾ ਵੀ ਜਿਹੜਾ ਤੂੰ ਜੀ ਲੱਗ ਕਰਦਾ ਉਹ ਲਾ ਲਓ ਹਾਂਜੀ ਨੈਕਸਟ ਸਰ ਜ਼ੂਮ ਕੱਟ ਕਰ ਦਿਓ ਜੀ ਕਰੋ ਜੀ ਕੁਐਸਚਨ ਪੂਰਾ ਨਹੀਂ ਦਿਖਦਾ ਚਲੋ ਮੈਂ ਕੱਟ ਕਰਵਾ ਦਿੰਦਾ ਬੱਚੋ ਜ਼ੂਮ ਹਾਂਜੀ ਨੈਕਸਟ ਬੱਚੋ ਕੰਟਰੋਲ ਕੇ ਆਰ ਯੂਜ਼ਡ ਫੋਰ ਕੰਟਰੋਲ ਕੇ ਕਾਦੇ ਵਾਸਤੇ ਯੂਜ਼ ਕਰਦੇ ਆ ਬੱਚੋ ਕੰਟਰੋਲ ਕੇ ਕੰਟਰੋਲ ਕੇ ਕਾਦੇ ਵਾਸਤੇ ਯੂਜ਼ ਕਰਦੇ ਹਾਂ ਬਿਲਕੁਲ ਮੈਨੂੰ ਪਤਾ ਲੱਗ ਗਿਆ ਕਨਫਿਊਜ਼ ਹੈ ਸਾਰੇ ਤਾਂ ਹੀ ਕੱਲਾ ਐਫ ਭੇਜਤਾ ਵੀ ਕੱਲਾ ਐਫ ਯਰ ਪੰਜੇ অপਸ਼ਨਾਂ ਚ ਐਫ ਹੈ ਹੁਣ ਬਦਲ ਪੰਜੇ ਠੀਕ ਹੈ ਤੁਹਾਡੇ ਅਕੋਰਡਿੰਗ ਹਾਂਜੀ ਬਿਲਕੁਲ ਚਲੋ ਇੱਕ ਵਾਰ ਤੁਸੀਂ ਥੰਬਸ ਅਪ ਤੇ ਜੈਂਸਰ ਤਾਂ ਕਰ ਦਿਓ ਜੇ ਕਲਾਸ ਵਧੀਆ ਲੱਗ ਰਹੀ ਹੈ ਤਾਂ ਇੱਕ ਵਾਰੀ ਥੰਬਸ ਅਪ ਤੇ ਜੈਂਸਰ ਜ਼ਰੂਰ ਕਰ ਦਿਓ हां जी चलो कंट्रोल के का देवास यूज़ ਹੁੰਦਾ ਬੱਚੋ ਇਨਸਰਟ ਹੈ ਹਾਈਪਰਲਿੰਕ ਬਿਲਕੁਲ ਹਾਈਪਰਲਿੰਕ ਇਨਸਰਟ ਕਰਨਾ देन ਆਪਾਂ ਕੀ ਯੂਜ਼ ਕਰਦੇ ਆ ਬਿਲਕੁਲ ਜੀ ਬਿਲਕੁਲ ਤਾਂ ਹਾ ਕੰਟਰੋਲ ਕੇ ਯੂਜ਼ ਕਰਦੇ ਹਾਂ ਜਦੋਂ ਆਪਾਂ ਨੇ ਹਾਈਪਰਲਿੰਕ ਹਾਈਪਰਲਿੰਕ ਕੀ ਹੈ ਇੱਕ ਲਿੰਕ ਐਡ ਕਰਨਾ ਡਾਕੂਮੈਂਟ ਦੇ ਵਿੱਚ ਤਾਂ ਬੱਚੋ ਕੀ ਹੈ ਕਿ ਆਪਾਂ ਅਗਲੇ ਪੇਜ ਤੇ ਵਿਜ਼ਿਟ ਕਰ ਜੀਏ ਲਿੰਕ ਤੇ ਵਿਜ਼ਿਟ ਕਰ ਜੀਏ ਇਹਦਾ ਕੁਐਸਚਨ ਆਂਦਾ ਹੋਊਗਾ ਹਾਂਜੀ ਕੱਲੇ ਕੱਲੇ ਬੱਚੇ ਦਾ ਆਨਸਰ ਚਾਹੁੰਦਾ ਹੈ ਜੇ ਵੀ ਹੂ ਇਜ਼ ਦਾ ਮਦਰ ਆਫ ਕੰਪਿਊਟਰ ਕੰਪਿਊਟਰ ਦੀ ਮਦਰ ਕੌਣ ਹੈ ਕਿਹੜਾ ਕਿਹੜਾ ਬੱਚਾ ਪੰਜਾਬ ਪੁਲਿਸ ਕਨਸਟੇਬਲ ਦੀ ਤਿਆਰੀ ਕਰ ਰਿਹਾ ਹੈ ਕਿਹੜਾ ਕਿਹੜਾ ਬੱਚਾ ਕਨਸਟੇਬਲ ਦੀ ਤਿਆਰੀ ਕਰ ਰਿਹਾ ਹੈ ਕਨਸਟੇਬਲ ਵਾਸਤੇ ਤਾਂ ਬੈਸਟ ਕਲਾਸ ਹੈ ਯਾਰ ਇੱਥੋਂ ਹੀ ਮਿਲੂਗਾ ਪੇਪਰ ਗਰੰਟੀ ਹੈ ਅਰ ਤੁਹਾਨੂੰ ਪਤਾ ਵੀ ਨਾਲ ਮੈਂ ਕੱਚੀ ਗੱਲ ਨਹੀਂ ਕਰਦਾ ਹੁੰਦਾ ਜਿਹੜੀ ਗੱਲ ਮੈਨੂੰ ਪਤਾ ਵੀ ਇੱਥੇ ਕਹਿ ਨਹੀਂਆ ਤਾਂ ਇੱਥੇ ਕਹਿ ਨਹੀਂਆ ਮਤਲਬ ਆਪਣੇ ਕਲਾਸਾਂ ਚੋਂ ਕਨਸਟੇਬਲ ਮਿਲੂਗਾ ਐਸਆਈ ਆਪਣੇ ਪੇਡ ਕਲਾਸਾਂ ਚੋਂ ਮਿਲੂਗਾ ਐਸਆਈ ਦਾ ਇੰਨਾ ਕਲਾਸਾਂ ਚੋਂ ਹੀ ਮਿਲ ਸਕਦਾ ਹੈ ਲੇਕਿਨ ਪੇਡ ਕਲਾਸਾਂ ਚੋਂ ਮਿਲੂਗਾ ਐਸਆਈ ਵਾਲਾ ਜ਼ਿਆਦਾਤਰ ਹੈਨਾ ਲੇਕਿਨ ਜਿਹੜਾ ਕਨਸਟ हाँ जी बिल्कुल जी बिल्कुल कौन आ गई बचे अपने कुले? एडा लवलेस बिल्कुल एडा लवलेस आ गई अपने एक दी सी को माता श्री ये देखो अंग्रेजन कौन सी बच्चे है? अंग्रेजन सी, बिल्कुल एडा लवलेस नैक्सट बच्चे ट्रांजिस्टराइड कंप्यूटर सर्किट डिजाइंड बिटवीन उन्नीस सौ मिड उन्नीस सौ इन हाँ जी ਕਨਸਟੇਬਲ ਲੱਗੇ ਸਰ ਐਸਆਈ ਲੱਗਣਾ ਹੁਣ ਜੀ ਅੱਛਾ ਰਾਜਦੀਪ ਕੌਰ ਜੀ ਤਾਂ ਬੱਚੋ ਮੇਰੀ ਪੇਡ ਕਲਾਸਾਂ ਜੇ ਲਗਾਈਆਂ ਤੁਸੀਂ ਤਾਂ ਪੇਡ ਕਲਾਸਾਂ ਦੇ ਵਿੱਚ ਆਪਣਾ ਸਾਰਾ ਕੰਪਿਊਟਰ ਆਇਆ ਐ ਐਸਆਈ ਦਾ ਇਹ ਵੀ ਕਲਾਸਾਂ ਚ ਆਇਆ ਲੇਕਿਨ ਇੱਥੇ ਪਤਾ ਕੀ ਐਸਆਈ ਅਲੱਗ ਮਾਕੇ ਕੁਐਸਚਨ ਕੁਐਸਚਨ ਡਿੱਟੋ ਨਹੀਂ ਪੰਦਾ ਐਸਆਈ ਅਲੱਗ ਬਸ ਐਸਆਈ ਥੋੜਾ ਲੈਵਲ ਹਾਈ ਰਹਿੰਦਾ ਹੈ ਆਪਣੀ ਕਲਾਸਾਂ ਦੇ ਡਿੱਟੋ ਕੁਐਸਚਨ ਨਹੀਂ ਆਉਂਦੇ ਬਾਕੀ ਸਾਰੇ ਕੁਐਸਚਨ ਆਪਣੇ ਡਿੱਟੋ ਆਉਂਦੇ ਬਾਕੀ ਸਾਰੇ ਪੇਪਰ ਪੇਪਰਾਂ ਚ ਐਸਆਈ ਦਾ ਤੁਹਾਨੂੰ ਥਿਓਰੀ ਕਨਸੈਪਟ ਸਮਝਣੇ ਪੈਣੇ ਬੱਚੇ ਤਾਂ ਉਹਦੇ ਲਈ ਪੇਡ ਕਲਾਸਾਂ ਲਾਣੀਆਂ ਜ਼ਰੂਰੀ ਨੇ ਹਾਂਜੀ ਤਾਂ 트랜ਜ਼ਿਸਟਰਾਈਜ਼ ਕੰਪਿਊਟਰ ਸਰਕਟ ਡਿਜ਼ਾਈਨ ਬਿਟਵੀਨ ਦਾ ਉਹਨੂੰ ਕੀ ਕਹਿੰਦੇ ਬੱਚਿਓ ਆਪਾਂ ਉਹਨੂੰ ਕਹਿੰਦੇ ਆ ਸੈਕੰਡ ਜਨਰੇਸ਼ਨ ਚ ਆਈਸੀ 트랜ਜ਼ਿਸ ਇੱਕ ਬੱਚਾ ਲਿਖਦਾ ਹੈ ਕਹਿੰਦਾ ਸਰ ਮੈਂ ਰਾਸ਼ਟਰਪਤੀ ਬਣਨ ਦੀ ਤਿਆਰੀ ਕਰ ਰਿਹਾ ਹਾਂ ਫਿਰ ਤਾਂ ਬੱਚੇ ਗਲਤ ਪਲੇਟਫਾਰਮ ਤੇ ਹੈ ਹੈਨਾ ਫਿਰ ਤਾਂ ਇਲੈਕਸ਼ਨ ਲੁਕਸ਼ਨ ਲੜਨੇ ਪੈਣਗੇ ਹੈਨਾ ਤਾਂ ਉਹ ਚੀਜ਼ਾਂ ਉਹ ਉਹ ਹੁੰਦੀਆਂ ਵੀ ਚੋਰ ਚੱਕੇ ਦੇ ਜਿਹੜੇ ਸਰਕਾਰਾਂ ਚ ਆ ਜਾਂਦੇ ਨੇ ਉਹ ਕਰਨੇ ਪੈਣਗੇ ਸਾਰੇ ਕੰਮ ਗੁੰਡਾਗਰਦੀ ਵਾਲੇ ਹੈਨਾ ਤਾਂ जीएफआर जनरेशन ਦੇ ਵਿੱਚ ਵੈਕਿਊਮ ਟਿਊਬਸ ਸੈਕਿੰਡ ਜਨਰੇਸ਼ਨ ਦੇ ਵਿੱਚ ਟਰਾਂਜ਼ਿਸਟਰ ਥਰਡ ਦੇ ਵਿੱਚ ਆਈਸੀ ਵੀ ਐਲ ਐਸ ਆਈ ਫੋਰਥ ਜਨਰੇਸ਼ਨ ਤੇ ਫਿਵ ਜਨਰੇਸ਼ਨ ਦੇ ਵਿੱਚ ਕੀ ਆਂਦਾ ਬੱਚੋ ਯੂ ਐਲ ਐਸ ਆਈ ਯੂ ਐਲ ਐਸ ਆਈ ਸਟੈਂਡ ਫੋਰ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਹਾਂਜੀ ਆਈਪੀ ਵਰਜ਼ਨ 6 ਕੌਨਸਿਸਟ ਆਫ ਇਹ ਆਈਪੀ ਵਰਜ਼ਨ 6 ਕਿੰਨੇ ਬਿਟ ਦਾ ਹੁੰਦਾ ਬੱਚੇ ਸਰ 14 ਨੂੰ ਪੇਪਰ ਹੈ ਇੰਪੋਰਟੈਂਟ ਕੀ ਕੀ ਪੜੀਏ ਬੱਚੇ MS Word ਵਗੈਰਾ ਪੜ ਜਾ MS Word ਬੱਚੇ ਹੈ ਨਾ OSI ਮਾਡਲ ਚ ਕਿਹੜੀ ਲੇਅਰ ਚ ਕਿਹੜਾ ਫੰਕਸ਼ਨ ਪਰਫਾਰਮ ਕਰਦੀ ਹੈ ਕਰਾਇਆ ਹੋਇਆ ਹੈ MS Excel ਪੜਜੋ ਡਿਟੇਲ ਚ MS PowerPoint ਪੜਜੋ ਤਾਂ ਇਹ ਸਾਰੇ ਪੇਪਰ ਚ ਆਨੇ ਨੇ VOP ਪੜਜੋ VOP ਹਾਂਜੀ ਬਿਲਕੁਲ ਜੀ ਬਿਲਕੁਲ ਚਾਲੋ ਹਾਂਜੀ ਤਾਂ ਬੱਚੋ ਕਿਹੜਾ ਆਈਪੀ ਐਡਰੈਸ ਕਿੰਨੇ ਬਿਟ ਦਾ ਬੱਚੋ 128 ਬਿਟ ਦਾ ਕਿੰਨੇ ਦਾ ਬੱਚੋ 128 ਬਿਟ ਦਾ ਬਿਲਕੁਲ ਦਾ ਆਈਪੀ ਵਰਜ਼ਨ 6 ਦਾ ਬੱਚੇ ਕਿੰਨੇ ਬਿਟਦਾ 128 ਬਿਟ ਦਾ ਬਿਲਕੁਲ ਆਈਪੀ ਵਰਜ਼ਨ 6 128 ਬਿਟ ਦਾ ਇੱਕ ਹੁੰਦਾ ਆਈਪੀ ਵਰਜ਼ਨ 4 ਇਹ ਕਿੰਨੇ ਹੁੰਦਾ ਬੱਚੇ ਆਪਣੇ ਕੋਲੇ ਇਹ ਹੁੰਦਾ 32 ਬਿਟ ਕਿੰਨੇ ਬਿਟ ਦਾ ਹੁੰਦਾ ਪਹਿਰੇ ਬੱਚੋ 32 ਬਿਟ ਦਾ ਹੁੰਦਾ ਨੈਕਸਟ ਆ ਗਿਆ ਬੱਚੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਾਸਟੈਸਟ ਮੈਮਰੀ ਹਾਂਜੀ ਤਾਂ ਬੱਚੇ ਫਾਸਟੈਸਟ ਮੈਮਰੀ ਕਿਹੜੀ ਹੈ ਆਪਣੇ ਕੋਲੇ ਕੰਪਿਊਟਰ ਦੀ ਕਿਹੜੀ ਫਾਸਟੈਸਟ ਮੈਮਰੀ ਕਿਹੜੀ ਹੈ ਸਰ ਪ੍ਰੈਜ਼ੀਡੈਂਟ ਬਣਨ ਲਈ ਪਹਿਲਾਂ ਤਾਂ 35 ਸਾਲ ਦਾ ਹੋਣਾ ਪੈਣਾ ਹੈ ਅੱਛਾ ਜੀ 35 ਸਾਲ ਦੇ ਬੱਚੇ ਜੀਕੇ ਵਿੱਚ ਮੈਨੂੰ ਹੱਥ ਬਹੁਤ ਤੰਗ ਹੈ ਜੀਕੇ ਜੀ ਇੱਕ ਦਿਨ ਪੜ੍ਹਨ ਲੱਗਿਆ ਸੀ ਛੱਤੀ ਤਾਂ ਰਾਜੇ ਰਾਣੀਆਂ ਦੇ ਡੇਟਾ ਕਦੋਂ ਕਿਹੜੀ ਮਰੀ ਕਿਹੜਾ ਜੀਆ ਬਾਬਰ ਦੀਆਂ ਕਿੰਨੀਆਂ ਪਤਨੀਆਂ ਸੀ ਕਿੰਨੀਆਂ ਗਰਲਫ੍ਰੈਂਡਾਂ ਸੀ ਸਾਰਾ ਯਾਦ ਕਰੋ ਆਪਣੇ ਤੋਂ ਨਹੀਂ ਮੇਰੇ ਝੰਜਟ ਝੁੰਜਟ ਹੁੰਦੇ ਹੈਨਾ ਤੇ ਤਾਂ ਕਰਕੇ ਮੈਂ ਤਾਂ ਛੱਡ ਹੀ ਦਿੱਤੀ ਜੀਕੇ ਦਾ which of the following is the fastest memory ਕਿਹੜੀ ਮੈਮਰੀ ਫਾਸਟੈਸਟ ਹੈ ਬੱਚੋ ਕੈਸ਼ ਮੈਮਰੀ ਆ ਆਪਣੇ ਲਈ ਆ ਤਾਂ ਮੈਮਰੀ ਵਧੀਆ ਆਪਣ ਤਾਂ ਕਦੇ ਕੈਸ਼ ਕਦੇ ਸੈਕੰਡਰੀ ਮੈਮਰੀ ਨੂੰ ਵਰਤ ਲੈਣੀਆਂ ਕਦੇ ਆਪਾਂ ਹੈਨਾ ਤਾਂ ਕਦੇ ਆਪਣਾ ਇਹੀ ਵਧੀਆ ਆਪਣੇ ਵਾਸਤੇ ਤਾਂ ਯਾਰ ਹਲੇ ਤਾਂ ਦੇਖੋ ਕੈਸ਼ ਮੈਮਰੀ ਆ ਗਈ ਆਪਣੀ ਹੈਨਾ ਸੀਪੀਯੂ ਆ ਗਿਆ ਪ੍ਰਾਇਮਰੀ ਮੈਮਰੀ ਸੈਕੰਡਰੀ ਮੈਮਰੀ ਤਾਂ ਇਹ ਬੱਚੇ ਕੀ ਆ ਗੀਆਂ ਸਾਰੀਆਂ ਮੈਮਰੀਆਂ ਆਈਆਂ ਆਪਾਂ ਤਾਂ ਇਹਨਾਂ ਨਾਲੇ ਮੱਥਾ ਮਾਰਨਾ ਹੈਨਾ ਆ ਗਈ ਬੱਚੋ ਆਪਣੀ ਬਚੋਲਾ ਮੈਮਰੀ ਆ ਗਈ ਕਿਹੜੀ ਕੈਸ਼ ਮੈਮਰੀ ਬਚੋਲਾ ਪਾ ਲੀਨਿਆ ਕਦੇ ਵਿੱਚ ਆਪਾਂ ਬਿਲਕੁਲ ਫਾਸਟੈਸਟ ਮੈਮਰੀ ਹੈ ਕੈਸ਼ ਮੈਮਰੀ ਨੈਕਸਟ ਬੱਚੇ ਵਾਟ ਇਜ਼ ਦਾ ਫਾਈਲ ਐਕਸਟੈਂਸ਼ਨ ਆਫ ਅ ਵਰਡ ਪੈਡ ਡਾਕੂਮੈਂਟ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਬੱਚੋ ਕੀ ਆਪਣੇ ਕੋਲੇ ਵਰਡ ਪਰ ਡਾਕੂਮੈਂਟ ਦੀ ਫਾਈਲ ਐਕਸਟੈਂਸ਼ਨ ਕੀ ਹੈ ਤਾਂ .doc .docx .text .rtf ਹਾਂਜੀ ਬਿਲਕੁਲ ਸਭ ਦਾ ਅਨਸਰ ਆਣਾ ਚਾਹੀਦਾ ਵੇ ਅਸੀਂ ਤਾਂ ਛੱਡ ਨਹੀਂ ਸਕਦੇ ਨਾ ਹੀ ਬੱਚੋ ਤੁਸੀਂ ਨਹੀਂ ਛੱਡਦਾ ਪੜ੍ਹਨਾ ਪਊਗਾ ਸਾਰਾ ਸਾਰੇ ਸਬਜੈਕਟ ਜ਼ਰੂਰੀ ਨੇ ਹਾਂਜੀ ਤਾਂ ਬੱਚੋ ਆਪਣੇ ਕੋਲ ਕੀ ਹੈ ਵਰਡਪੈਡ ਦੀ ਇੱਕ ਫਾਈਲ ਐਕਸਟੈਂਸ਼ਨ .rtf ਆ ਕੀ ਬੱਚੋ rtf rtf ਰਿਚ ਟੈਕਸਟ ਫਾਰਮੈਟ ਇੱਕ ਬੱਚਾ ਕਹਿ ਰਿਹਾ ਰਾਜ ਸਰ ਦੀ ਕਲਾਸ ਦੇ ਵਿੱਚ ਕੋਈ ਸਟੂਡੈਂਟ ਫालतू ਗੱਲ ਨਹੀਂ ਕਰਦਾ ਮੈਨੂੰ ਹੀ ਪਤਾ ਬੱਚੇ ਰਾਜ ਸਰ ਨਾਨਕੇ ਭੇਜ ਦਿੰਦੇ ਆ ਉਹਦੀ ਮੇਰੇ ਰੂਮ ਮੇਟ ਹੀ ਹੈ ਹੈਨਾ ਬਿਲਕੁਲ ਸਾਡੀ ਆਪਸ ਚ ਬੰਦੀ ਹੈ ਨੇਚਰ ਬਹੁਤ ਵਧੀਆ ਸਰਦਾ ਹੈ ਨਾ ਲੇਕਿਨ ਕਲਾਸ ਚ ਪਤਾ ਨਹੀਂ ਗੁੱਸਾ じゃ ਕਿਉਂ ਰਹਿੰਦੇ ਨੇ ਸਰ ਹੈ ਨਾ ਉਹਦੀ ਨਾਨਕੇ ਭੇਜ ਦਿੰਦੇ ਨੇ ਮੈਨੂੰ ਤਾਂ ਬੱਚਿਆਂ ਕਹਿੰਦੇ ਕਹਿੰਦੇ ਸਰ ਬਾਲਾ ਡਰ ਲੱਗਦਾ ਰਾਜ ਸਰ ਤੋਂ ਗੁੱਸੇ ਬਾਲੇ ਰਹਿੰਦੇ ਲੇਚਰ ਬਹੁਤ ਵਧੀਆ ਪਿਆਰਾ ਨੇਚਰ ਹੈ ਰਾਜ ਸਰ ਦਾ ਹੈ ਨਾ ਤੇ ਹੇਠਾਂ ਲਿਖਿਆ ਵਿੱਚੋਂ ਕਿਹੜਾ ਕੇਂਦਰੀ ਪ੍ਰੋਸੈਸਿੰਗ ਦਾ ਹਿੱਸਾ ਨਹੀਂ ਹੈ ਚਾ ਚਾ ਚੇ ਚੇ ਨੂੰ ਕੈਸ਼ ਬੋਲਦੇ ਆ ਜੀ ਦਸਵੀਰ ਜੀ ਐਮੀ ਬੋਲਦੇ ਆ ਬੱਚੇ ਐਂ ਬੋਲਦੇ ਇਹਨਾਂ ਦੀ ਮਰਜ਼ੀ ਹੈ ਕੰਪਿਊਟਰ ਵਾਲਿਆਂ ਦੀ ਹਾਂਜੀ ਤਾਂ ਬੱਚੇ ਕੀ ਆਪਣੇ ਕੋਲੇ ਸੈਂਟਰ ਪ੍ਰੋਸੈਸਿੰਗ ਦਾ ਹਿੱਸਾ ਨਹੀਂ ਹੈ ਕਿਹੜਾ ਸੈਕੰਡਰੀ ਸਟੋਰੇਜ ਨਹੀਂ ਹੈ ਬੱਚੋ ਸੈਕੰਡਰੀ ਸਟੋਰੇਜ ਬਾਕੀ ਨਾ ਤੁਸੀਂ ਗੱਲ ਨਾ ਕਰਿਓ ਮੈਂ ਤੁਹਾਨੂੰ ਗੱਲ ਦੱਸਦਾ ਰਾਸਰ ਜਦੋਂ ਵਿਆਹ ਹੀ ਗਏ ਨਾ ਫਿਰ ਉਸ ਤੋਂ ਬਾਅਦ ਦੇਖਿਓ ਐਂ ਠੰਡੇ ਰਿਆ ਕਰਨੀ ਕਲਾ ਚ ਕਦੇ ਨਹੀਂ ਗੁੱਸਾ ਕਰਨਾ ਬਸ ਵਿਆਹ ਜਾਣੀ ਕਰੀ ਜਦੋਂ ਵਿਆਹ ਹੋਏ ਬੰਦੇ ਨੂੰ ਗੁੱਸਾ ਨਹੀਂ ਆਂਦਾ ਹੁੰਦਾ ਨਾ ਮੈਂ ਦੇਖੋ ਗੁੱਸਾ ਕਰਦਾ ਕਦੇ ਨਹੀਂ ਨਾ ਬਸ ਗੱਲ ਨਾ ਕਰਿਓ ਕਿ ਸਾਰੇ ਐਂ ਕਹਿੰਦੇ ਸੀ ਵੀ ਸਰ ਵਿਆਹ ਹੋ ਗਿਆ ਫਿਰ ਗੁੱਸਾ ਨਹੀਂ ਕਰਨਾ हाँ जी देखो बच्चों अपने को है सीपीओ आ गया सीपीऊच सेंटर कंट्रोल यूनिट यूनिट मैमरी मेन मैमरी तो बच्चे ही की हैं अपने को ये सारे सीपीऊ के पार्ट ने लेकिन ये सकेंडरी मैमरी नहीं आंता सेडरी मैमरी अलग है है ना चलो नैक्सट बच्चे वट टाइप ऑफ सॉफ्टवेयर मस्ट भी यूजड फॉर स्कैंड टेक्सट इन टू द फॉर्मेट दैट कैन बी मैन्युपुलेटड हाँ जी ਬਿਲਕੁਲ ਹਾਂਜੀ ਬਿਲਕੁਲ ਮੈਂ ਕਰਦਾ ਗੁੱਸਾ ਦੇਖੋ ਜਵੇਂ ਵੀ ਨਹੀਂ ਕਰਦਾ ਹਾਂਜੀ ਚਲੋ नेक्स्ट नैक्सट बच्चों व्हाट टाइप ऑफ सॉफ्टवेयर मस्ट बी यूज टू ट्रांसफॉर्म द स्कैन टेक्स्ट इनटू द फॉर्मेट दैट कैन बी मैनुपुलेटड बिल्कुल जो टैक्स चेंज कर सकते हो दैट इज ओसीआर यूज़ करते बच्चों ओसीआर ओ सी आर स्टैंड फॉर ऑप्टिकल करेक्टर रिकोगनाइजेशन हाँ जी ओ सी आर स्टैंड फॉर ऑप्टिकल करैक्टर रिकोगनाइजेशन ਕਮਾਲੋ ਬੱਚੋ ਤੁਸੀਂ ਵੀ ਨਾ ਬਸ ਵਧੀਆ ਤੁਹਾਡੇ ਨਾਲ ਟਾਈਮ ਵਧੀਆ ਨਿਕਲ ਜਾਂਦਾ ਹੈ ਨਾ 33 ਮਿੰਟ ਹੋ ਗਏ ਯਾਰ ਐਮਪੀ ਤੇ ਵੀ ਜਾਣਾ ਹੈ ਚਲੋ ਠੀਕ ਹੈ ਬਹੁਤ ਐ ਕਲਾਸਸ ਦੇ ਲਈ ਹਾਂਜੀ ਕੋਡ ਲਾ ਲਿਓ ਬੱਚੋ ਕੋਡ ਕੀ ਹੈ Y727 ਮਿੰ ਤਾਂ ਪਤਾ ਨਹੀਂ ਚੱਲਿਆ ਵੀ ਕਲਾਸ ਤੇ 30 ਮਿੰਟ ਦੀ ਹੋ ਗਈ ਕਿਉਂਕਿ ਐਮਪੀ ਤੇ ਪਹੁੰਚਣਾ ਯਾਰ ਬੱਚੇ ਵੇਟ ਕਰ ਰਹੇ ਹੋਣੇ ਹਾਂਜੀ ਤਾਂ ਬੱਚੋ ਮਹਾਪੈਕ ਤੇ ਆਫਰ ਆਇਆ ਹੋਇਆ ਤਾਂ ਕੋਡ ਲਾ ਲਿਓ ਬੱਚੋ Y727 ਕੋਡ ਲਾ ਕੇ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ ਹੈਨਾ ਤਾਂ ਵਾਈ ਕਿਹੜਾ ਕੋਡ ਲਾਣਾ ਹੈ ਬੱਚੋ Y727 ਕਿਹੜਾ ਕੋਡ ਲਾਣਾ ਹੈ Y727 ਤਾਂ ਆਫਰ ਆਇਆ ਹੋਇਆ ਬੱਚੇ ਜਿਨ੍ਹਾਂ ਨੇ ਹਲੇ ਤੱਕ ਨਹੀਂ ਬੈਚ ਪਰਚੇਸ ਕੀਤਾ ਹੈ ਜਿਹੜੇ ਬੱਚਾ ਨਹੀਂ ਕੀ ਹੈ ਡਿਟੇਲ ਦੇ ਵਿੱਚ ਸਟੱਡੀ ਕਰਨੀ ਹੈ ਤੁਸੀਂ ਹੈਨਾ ਤਾਂ ਤੁਸੀਂ ਬੱਚੇ ਕੀ ਕਰ ਸਕਦੇ ਹੋ ਪੈਕ ਪਰਚੇਸ ਕਰ ਸਕਦੇ ਹੋ ਦੇਖੋ Y727 ਲਾ ਕੇ 2499 ਮੈਂ ਲੇਕਿਨ 2499 ਨਹੀਂ ਦੇਣੇ ਤੁਸੀਂ ਤੁਸੀਂ ਕੀ ਲਾਉਂਗੇ ਬੱਚੋ Y727 ਕੋਡ ਲਾਉਂਗੇ ਤਾਂ ਇਹ ਕੀ ਹੈ 24 ਮੰਥ ਲਈ ਤੁਹਾਨੂੰ ਪੈਕ ਮਿਲ ਜੂਗਾ ਕਿੰਨੇ ਦਾ

ਕੋਡ ਤਾਂ ਯਾਦ ਹੋ ਗਿਆ ਕਿ ਤੁਹਾਨੂੰ ਬਿਲਕੁਲ ਜਿੰਨਾ ਬੱਚਾ ਨੇ ਪਰਚੇਸ ਕਰਨਾ ਜਲਦੀ ਜਲਦੀ ਪਰਚੇਸ ਕਰ ਲਓ ਕਿਹੜਾ ਕੋਡ ਲਾ ਕੇ Y727 ਕੋਡ ਲਾ ਕੇ ਕਿਹੜਾ ਬੱਚੋ Y727 ਠੀਕ ਹੈ ਬੱਚੋ ਥੈਂਕ ਯੂ ਨੈਕਸਟ ਕਲਾਸ ਦੇ ਵਿੱਚ ਮਿਲਦੇ ਆ